ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਤੇ ਮੈਂ ਪ੍ਰੀਤ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਖਾਸ ਸ਼ੋਅ। ਖਾਸ ਇਸੇ ਕਰਕੇ ਹੋ ਜਾਂਦਾ ਕਿਉਂਕਿ ਪ੍ਰੋਪਰ ਇਨਫੋਰਮੇਸ਼ਨ ਇਸ ਸ਼ੋਅ ਦੇ ਜ਼ਰੀਏ ਸਾਡੇ ਵਿਦਿਆਰਥੀ, ਸਾਡੀ ਆਡੀਅੰਸ ਜਿਹੜੀ ਦੇਖ ਰਹੀ ਹੈਗੀ, ਜਿਨ੍ਹਾਂ ਦਾ ਸੁਪਨਾ ਹੈਗਾ ਐਬਰੋਡ ਜਾਣ ਦਾ, ਉਸਨੂੰ ਸਾਕਾਰ ਕਰਨ ਦੇ ਵਿੱਚ ਅਸੀਂ ਹੈਲਪ ਕਰਦੇ ਹਾਂ ਜੀ। ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਘਰ ਬੈਠੇ ਪ੍ਰੋਵਾਈਡ ਕਰਵਾਈ ਜਾਂਦੀ ਹੈ, ਅਤੇ ਅੱਜ ਸਾਡੇ ਨਾਲ ਹੋਣਗੇ ਜੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਜੀ, ਜੋ ਕਿ ਹਮੇਸ਼ਾ ਟਾਈਮ ਟੂ ਟਾਈਮ ਸ਼ੋਅ ਦੇ ਵਿੱਚ ਆਉਂਦੇ ਨੇ। ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਤਾਂ ਕਿ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਈ ਜਾ ਸਕੇ। ਸੋ ਅੱਜ ਜਿਹੜੀ ਕੰਟਰੀ ਦੀ ਮੈਂ ਗੱਲ ਕਰਨ ਵਾਲੀ ਹਾਂ, ਬਹੁਤ ਸਾਰੀ ਇਕੁਆਇਰੀਜ਼, ਬਹੁਤ ਸਾਰੇ ਸਟੂਡੈਂਟ ਦੇ ਮੈਸੇਜਿਸ ਆਏ ਨੇ, ਈਮੇਲਸ ਵੀ ਆਈਆਂ ਨੇ ਕਿ ਕੈਨੇਡਾ ਨੂੰ ਲੈ ਕੇ ਸਾਨੂੰ ਇਨਫੋਰਮੇਸ਼ਨ ਵੱਧ ਤੋਂ ਵੱਧ ਪ੍ਰੋਵਾਈਡ ਕਰਵਾਈ ਜਾਵੇ, ਕਿਉਂਕਿ ਇੱਕ ਪਾਸੇ ਜਿੱਥੇ ਬਾਕੀ ਕੰਟਰੀਜ਼ ਪ੍ਰਮੋਟ ਹੋ ਰਹੀਆਂ ਨੇ, ਪਰ ਫਿਰ ਵੀ ਜ਼ਿਆਦਾ ਤਾਦਾਦ ਦੇ ਵਿੱਚ ਅੱਛੇ ਸਟੂਡੈਂਟ ਜਿਹੜੇ ਨੇ ਉਹਨਾਂ ਦੀ ਡ੍ਰੀਮ ਡੈਸਟੀਨੇਸ਼ਨ ਇੱਕੋ ਹੀ ਹੈਗੀ ਹੈ, ਅਤੇ ਉਹ ਹੈਗੀ ਕੈਨੇਡਾ। ਅਤੇ ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਪਹਿਲੇ ਨੰਬਰ 'ਤੇ ਗੱਲ ਆਉਂਦੀ ਹੈ। ਸੋ ਜੀ ਵੈਲਕਮ ਕਰ ਲੈਂਦੇ ਹਾਂ, ਫਿਰ ਕੈਨੇਡਾ ਨੂੰ ਲੈ ਕੇ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ। ਨੰਬਰ ਲਗਾਤਾਰ ਟੀ ਵੀ ਸਕਰੀਨ 'ਤੇ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ, ਤੁਸੀਂ ਇਹਨਾਂ ਨੰਬਰ ਨੂੰ ਨੋਟ ਕਰਕੇ ਰੱਖ ਲਓ। ਆਫਿਸ ਜੋ ਵੀ ਤੁਹਾਨੂੰ ਨਜ਼ਦੀਕ ਪੈਂਦਾ ਹੈਗਾ ਆ, ਉਹ ਵਾਲੇ ਆਫਿਸ ਦੇ ਵਿੱਚ ਆਪਣੇ ਡਾਕੂਮੈਂਟਸ ਨੂੰ ਲੈ ਕੇ ਵਿਜ਼ਿਟ ਕਰੋ। ਸੋ ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ। ਸੋ ਸਰ, ਕੈਨੇਡਾ ਨੂੰ ਲੈ ਕੇ ਇਨਫੋਰਮੇਸ਼ਨ ਲਵਾਂਗੇ, ਪ੍ਰੋਪਰ ਗੱਲ ਕਰਾਂਗੇ, ਪਰ ਪਹਿਲਾ ਸਵਾਲ ਨਾ ਰਿਫਿਊਜ਼ਲ ਵਾਲੇ ਸਟੂਡੈਂਟਸ ਵਾਸਤੇ ਹੋਏਗਾ। ਪਹਿਲਾਂ ਤਾਂ ਇਹ ਦੱਸੋ ਕਿ ਕੀ ਰੀਜ਼ਨ ਹੈਗਾ। ਕਈ ਵਾਰੀ ਮੈਂ ਦੇਖਦੀ ਹੈਗੀ ਹਾਂ ਕਿ ਅੱਛੇ, ਇਵਨ ਮੈਂ ਬਾਈਟੀ ਸੁਣ ਰਹੀ ਸੀ ਇੱਕ ਸਟੂਡੈਂਟ ਦੀ, ਸ਼ੀ ਸੈਡ ਕਿ ਮੇਰਾ ਬਹੁਤ ਅੱਛਾ ਪ੍ਰੋਫਾਈਲ, 80% ਮਾਰਕਸ, 7 ਬੈਂਡ ਆ ਗਏ, ਫਿਰ ਵੀ ਮੇਰੀ ਰਿਫਿਊਜ਼ਲ ਆ ਗਈ ਹੈਗੀ, ਰੀਜ਼ਨ ਕੀ ਹੋ ਜਾਂਦੇ ਨੇ? ਸੀ ਬਹੁਤ ਸਾਰੇ ਰੀਜ਼ਨ ਹੋ ਜਾਂਦੇ ਆ ਕਿ ਜਦੋਂ ਤੁਸੀਂ ਕੋਰਸ, ਕਾਲਜ, ਸਿਟੀ ਜਦੋਂ ਚੂਜ਼ ਕਰਦੇ ਹੋ, ਉਹ ਸਾਰੀਆਂ ਰੀਜ਼ਨਸ ਉੱਤੇ ਤੁਹਾਡਾ ਕੈਨੇਡਾ ਸਟੂਡੈਂਟ ਵੀਜ਼ਾ ਡਿਪੈਂਡ ਕਰਦਾ। ਦੇਖੋ, ਜੋ ਕੈਨੇਡਾ ਸਟੂਡੈਂਟ ਵੀਜ਼ਾ ਹੈਗਾ ਦਿਨ ਬ ਦਿਨ ਟੈਕਨੀਕਲ ਹੁੰਦਾ ਜਾ ਰਿਹਾ, ਜਿਹੜੇ ਕਾਫੀ ਸਟੂਡੈਂਟਸ ਨੂੰ ਰਿਫਿਊਜ਼ਲ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਪਹਿਲੀ ਵਾਰੀ, ਕਿਉਂਕਿ ਉਹਨਾਂ ਦੀ ਫਾਈਲ ਠੀਕ ਢੰਗ ਨਾਲ ਨਹੀਂ ਲੱਗਦੀ, ਸਹੀ ਕੋਰਸ ਵਿੱਚ ਨਹੀਂ ਲੱਗਦੀ ਔਰ ਸਹੀ ਪ੍ਰੋਵਿੰਸ ਵਿੱਚ ਨਹੀਂ ਲੱਗਦੀ, ਔਰ ਮੈਂ ਕਿਤੇ ਨਾ ਕਿਤੇ ਕਹਾਂਗਾ ਕਿ ਸਹੀ ਸਿਟੀ ਵਿੱਚ ਵੀ ਨਹੀਂ ਲੱਗਦੀ। ਸੋ ਜਿਵੇਂ ਅਸੀਂ ਹਮੇਸ਼ਾ ਹੀ ਪ੍ਰਮੋਟ ਕਰਦੇ ਆਉਂਦੇ ਹਾਂ ਕਿ ਨੌਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਲਾਂਚ ਹੋਇਆ, ਉਹਦੇ ਵਿੱਚ 11 ਸ਼ਹਿਰ ਕੈਨੇਡਾ ਸਰਕਾਰ ਨੇ ਪ੍ਰਮੋਟ ਕੀਤੇ ਕਿ ਉਹਨਾਂ ਸ਼ਹਿਰਾਂ ਵਿੱਚ ਸਾਨੂੰ ਲੋੜ ਹੈਗੀ ਹੈ, ਸੋ ਉੱਥੇ ਵੀਜ਼ਾ ਸਕਸੈਸ ਰੇਟ ਜ਼ਿਆਦਾ ਹੈਗਾ। ਅਟਲਾਂਟਿਕ ਪ੍ਰੋਵਿੰਸਿਸ 'ਚ ਸਟੂਡੈਂਟ ਨੇ ਜੇ ਵੀਜ਼ਾ ਅਪਲਾਈ ਕਰਨਗੇ, ਉੱਥੇ ਸਕਸੈਸ ਰੇਟ ਜ਼ਿਆਦਾ ਹੈਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਅਸੀਂ ਕੈਨੇਡਾ ਸਟੂਡੈਂਟ ਵੀਜ਼ਾ ਲਾਉਂਦੇ ਹਾਂ। ਤੁਹਾਨੂੰ ਪ੍ਰੋਪਰ ਗਾਈਡੈਂਸ ਦੀ ਲੋੜ ਹੈ, ਤੁਹਾਨੂੰ ਪ੍ਰੋਪਰ ਐਕਸਪੀਰੀਅੰਸ ਦੀ ਲੋੜ ਹੈਗੀ ਹੈ, ਔਰ ਤੁਹਾਨੂੰ ਇਹ ਦੇਖਣਾ ਜ਼ਰੂਰ ਹੈਗਾ ਕਿ ਤੁਸੀਂ ਆਪਣੀ ਪ੍ਰੈਫਰੈਂਸ ਜੇ ਰੱਖਦੇ ਹੋ ਤਾਂ ਤੁਹਾਨੂੰ ਵੀਜ਼ਾ ਰਿਫਿਊਜ਼ਲ ਦਾ ਵੀ ਸਾਹਮਣਾ ਕਰਨਾ ਪੈ ਸਕਦਾ। ਸੋ ਸਟੂਡੈਂਟ ਜਦੋਂ ਫਾਈਲ ਲਗਾਉਂਦਾ ਪਹਿਲਾਂ ਦੇਖੇ ਕਿ ਉਹਦਾ ਸਕੋਰ ਕੀ ਹੈ, ਵੈਸੇ ਐਲੀਜੀਬਿਲਟੀ ਜਿਹੜੀ ਹੈਗੀ ਆ ਉਹ 55% ਜਾਂ 50% ਵੀ ਹੈਗੀ ਹੈ, 50% ਐਂਡ ਅਬਵ ਸਟੂਡੈਂਟ ਅਪਲਾਈ ਕਰ ਸਕਦਾ। ਜੇ ਤੁਸੀਂ ਸਾਡੇ ਫੇਸਬੁੱਕ ਪੇਜ ਲੈਂਡਮਾਰਕ ਇਮੀਗ੍ਰੇਸ਼ਨ 'ਤੇ ਜਾਓ ਜਾਂ ਸਾਡੇ ਯੂਟਿਊਬ ਪੇਜ ਲੈਂਡਮਾਰਕ ਇਮੀਗ੍ਰੇਸ਼ਨ 'ਤੇ ਜਾਓ ਤਾਂ ਅੱਜ ਵੀ ਅਸੀਂ ਬਹੁਤ ਸਾਰੇ ਵੀਜ਼ਾਜ਼ ਅਪਲੋਡ ਕੀਤੇ ਨੇ ਜਿਹੜੇ ਬੱਚੇ 55% ਐਂਡ ਅਬਵ ਹੈਗੇ ਹੈ, ਓਵਰਆਲ 6 ਬੈਂਡ ਦੇ ਨਾਲ ਉਹਨਾਂ ਦੇ ਵੀਜ਼ਾਜ਼ ਲੱਗ ਕੇ ਆ ਰਹੇ ਨੇ। ਸੋ ਕਾਫੀ ਸਾਰੇ ਸਟੂਡੈਂਟਸ ਨੂੰ ਕਨਫਿਊਜ਼ਨ ਹੈਗੀ ਅੱਜ ਦੀ ਡੇਟ 'ਚ ਵੀ ਕਿ ਓਵਰਆਲ 6 ਬੈਂਡ ਹੈ ਮੇਰੇ, ਇੱਕ ਮੋਡਿਊਲ 'ਚੋਂ 5.5 ਹੈ, 2 ਮੋਡਿਊਲ 'ਚੋਂ 5.5 ਹੈ, ਮੈਂ ਕਿੱਦਾਂ ਆਪਣਾ ਸਟੂਡੈਂਟ ਵੀਜ਼ਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰਾਂ? ਸੋ ਇਹਦੇ ਵਿੱਚ ਵੀ ਤੁਹਾਨੂੰ ਇੱਕ ਪ੍ਰੋਪਰ ਗਾਈਡੈਂਸ ਦੀ ਲੋੜ ਪਏਗੀ, ਇੱਕ ਸਹੀ ਕੰਸਲਟੈਂਟ ਹੀ ਰਾਹ ਦਿਖਾ ਸਕਦਾ ਜਿਹਦੇ ਉੱਥੇ ਡਾਇਰੈਕਟ ਯੂਨੀਵਰਸਿਟੀਜ਼ ਨਾਲ ਟਾਈ ਅਪ ਹੋਣ, ਡਾਇਰੈਕਟ ਕਾਲਜਿਸ ਨਾਲ ਟਾਈ ਅਪ ਹੋਣ, ਸਰਕਾਰੀ, ਜਿਹੜੇ ਤੁਹਾਨੂੰ ਉੱਥੇ ਐਡਮਿਸ਼ਨ ਦੇਣ ਔਰ ਐਡਮਿਸ਼ਨ ਵੀ ਜਲਦੀ ਪ੍ਰੋਸੈਸ ਹੋ ਜਾਏ। ਸੋ ਲੈਂਡਮਾਰਕ ਇਮੀਗ੍ਰੇਸ਼ਨ, ਜੇ ਤੁਹਾਡੀ ਕੋਈ ਪ੍ਰੈਫਰੈਂਸ ਨਹੀਂ ਹੈਗੀ ਤਾਂ ਇੱਕ ਸਰਕਾਰੀ ਕਾਲਜ ਤੋਂ, ਪਬਲਿਕ ਕਾਲਜ ਤੋਂ 2 ਦਿਨ 'ਚ ਔਫਰ ਲੈਟਰ ਦੀ ਗਰੰਟੀ ਦਿੰਦਾ। ਜੇ ਤੁਸੀਂ ਸਾਡੇ ਆਫਿਸ 'ਚ ਵਿਜ਼ਿਟ ਕਰਦੇ ਹੋ ਤਾਂ ਵਿਦਇਨ 2 ਡੇਜ਼ ਯੂ ਕੈਨ ਗੈਟ ਐਨ ਔਫਰ ਲੈਟਰ ਸਟਿਲ ਫੋਰ ਜਨਵਰੀ ਇਨਟੇਕ। ਬਹੁਤ ਸਾਰੇ ਪ੍ਰੋਗਰਾਮਸ ਅਵੇਲੇਬਲ ਹੈਗੇ ਹੈ ਔਰ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹੈਗੀਆਂ। ਔਰ ਜੇ ਤੁਸੀਂ ਕਹੋ ਕਿ ਤੁਸੀਂ ਸਾਡੇ ਵੀਜ਼ਾ ਰਿਫਿਊਜ਼ ਵੀ ਹੋ ਚੁੱਕਿਆ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਿਆ, ਤਾਂ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਤੁਸੀਂ ਆਪਣਾ ਸੈਕਿੰਡ ਟਾਈਮ ਵੀਜ਼ਾ ਅਪਲਾਈ ਕਰ ਸਕਦੇ ਹੋ, ਬਿਲਕੁਲ ਅਪਲਾਈ ਕਰ ਸਕਦੇ ਹੋ, ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਬਹੁਤ ਸਾਰੇ ਰਿਫਿਊਜ਼ ਸਟੂਡੈਂਟਸ ਦਾ ਵੀਜ਼ਾ ਦੁਬਾਰਾ ਲੱਗ ਕੇ ਆ ਚੁੱਕਿਆ। ਬਿਲਕੁਲ ਜੀ, ਕਿਤੇ ਨਾ ਕਿਤੇ ਜਦੋਂ ਰਿਫਿਊਜ਼ਲ ਦੀ ਗੱਲ ਆਉਂਦੀ ਹੈਗੀ ਆ, ਪ੍ਰੋਫਾਈਲ ਸਹੀ ਹੁੰਦਾ ਪਰ ਰੋਂਗ ਕੰਸਲਟੈਂਟ ਜਦੋਂ ਤੁਸੀਂ ਚੂਜ਼ ਕਰ ਲੈਂਦੇ ਹੈਗੇ ਹੋ ਤਾਂ ਵੀ ਪ੍ਰੋਬਲਮ ਆਉਂਦੀ ਆ। ਪ੍ਰੋਪਰ ਤਰੀਕੇ ਦੇ ਨਾਲ ਫਾਈਲਿੰਗ ਨਹੀਂ ਕੀਤੀ ਜਾਂਦੀ ਹੈਗੀ, ਉਹਨਾਂ ਨੂੰ ਨੌਲੇਜ ਹੀ ਨਹੀਂ ਹੁੰਦੀ ਕਿ ਕਿਹੜਾ, ਕਈ ਵਾਰੀ ਤੁਹਾਡੀ ਇੱਥੇ ਸਟੱਡੀ ਕੁਝ ਹੋਰ ਹੁੰਦੀ ਹੈ, ਫਰਦਰ ਸਟੱਡੀ ਜਿਹੜੀ ਆ ਉਹ ਗਲਤ ਚੂਜ਼ ਕਰ ਲਈ ਜਾਂਦੀ ਹੈ, ਹੋਰ ਵੀ ਬਹੁਤ ਸਾਰੇ ਰੀਜ਼ਨ ਹੋ ਜਾਂਦੇ ਨੇ ਜਿਸ ਵਜ੍ਹਾ ਦੇ ਨਾਲ ਰਿਫਿਊਜ਼ਲ ਮਿਲਦੀ ਹੈਗੀ। ਅੱਛਾ ਸਰ, ਜਿਵੇਂ ਤੁਸੀਂ ਕਿਹਾ ਕਿ ਰਿਫਿਊਜ਼ਲ ਕੇਸਿਸ ਆ ਸਕਦੇ ਨੇ, ਤੁਹਾਡੇ ਕੋਲ ਵੀਜ਼ੇ ਲੱਗ ਸਕਦੇ ਨੇ, ਅਸੀਂ ਬਹੁਤ ਸਾਰੇ ਸਟੂਡੈਂਟ ਦੇ ਨਾਲ ਟਾਈਮ ਟੂ ਟਾਈਮ ਗੱਲ ਵੀ ਕੀਤੀ ਹੈਗੀ ਆ, ਪਰ ਹੁਣੇ ਇੱਕ ਕਿਉਂਕਿ ਅੱਜ ਅਸੀਂ ਸਟੂਡੈਂਟਸ ਦੇ ਜਿਹੜੇ ਸਵਾਲ ਲਵਾਂਗੇ, ਸਵਾਲ ਆਇਆ ਸੀ ਕਿ ਉਹਨਾਂ ਦੀ 4 ਵਾਰ ਰਿਫਿਊਜ਼ਲ ਆ ਗਈ ਆ, 2 ਵਾਰ ਆਸਟ੍ਰੇਲੀਆ ਤੋਂ ਵੀ ਆ ਗਈ, ਕੈਨੇਡਾ ਤੋਂ ਵੀ ਆ ਗਈ, ਉਹਨਾਂ ਦਾ ਵੀਜ਼ਾ ਪੋਸੀਬਿਲਟੀ ਹੈਗੀ ਆ?
ਬਿਲਕੁਲ ਲੱਗ ਸਕਦਾ। ਤੁਸੀਂ ਆਪਣੀ ਪ੍ਰੋਫਾਈਲ ਸ਼ੇਅਰ ਕਰੋ ਕੀ ਪਰਸੈਂਟੇਜ ਹੈ ਤੁਹਾਡੀ, ਕੀ ਆਈਲੈਟਸ ਸਕੋਰ ਹੈਗਾ। ਜੇ ਤੁਹਾਨੂੰ ਇੱਕ ਸਰਕਾਰੀ ਕਾਲਜ 'ਚ ਐਡਮਿਸ਼ਨ ਮਿਲ ਸਕਦੀ ਹੈ ਕੈਨੇਡਾ ਵਿੱਚ, ਤਾਂ ਤੁਹਾਨੂੰ ਬਿਲਕੁਲ ਵੀਜ਼ਾ ਮਿਲ ਸਕਦਾ। ਔਰ ਅੱਜ ਦੀ ਡੇਟ 'ਚ ਵੀ ਜਨਵਰੀ ਇਨਟੇਕ 'ਚ ਬਹੁਤ ਸਾਰੇ ਸਰਕਾਰੀ ਕਾਲਜ ਯੂਨੀਵਰਸਿਟੀਜ਼ ਓਪਨ ਹੈਗੀਆਂ। ਉਹ ਮੈਂ ਸਟੂਡੈਂਟਸ ਨੂੰ ਇੱਕ ਹੋਰ ਐਡਵਾਈਸ ਦੇਵਾਂਗਾ ਕਿ ਤੁਸੀਂ ਬੈਚਲਰ ਡਿਗਰੀ ਵੱਲ ਵੀ ਜ਼ਰੂਰ ਧਿਆਨ ਦੇਣਾ ਸ਼ੁਰੂ ਕਰੋ, ਕਿਉਂਕਿ ਫਿਊਚਰ ਵਿੱਚ ਕੈਨ ਹੋ ਸਕਦਾ ਕਿ ਚੇਂਜਸ ਆ ਸਕਦੇ ਹੈ ਕਿ ਡਿਪਲੋਮਾ ਸਟੂਡੈਂਟਸ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਾ ਮਿਲੇ। ਔਰ ਦੂਸਰੀ ਚੀਜ਼ ਜੇ ਅਸੀਂ ਦੇਖੀਏ ਤਾਂ ਬੈਚਲਰ ਕਰਕੇ ਤੁਹਾਨੂੰ ਬੈਟਰ ਜੋਬਸ ਮਿਲਣਗੀਆਂ, ਪੀਆਰ ਓਪਰਚੁਨਿਟੀ ਈਜ਼ੀ ਰਹੇਗੀ। ਸੋ ਬੈਚਲਰ ਡਿਗਰੀ ਵੱਲ ਵੀ ਸਟੂਡੈਂਟਸ ਧਿਆਨ ਦੇਣ। 3 ਸਾਲ ਦੀ ਬੈਚਲਰ ਡਿਗਰੀ ਹੈਗੀ ਅਲਗੋਮਾ ਯੂਨੀਵਰਸਿਟੀ ਵਿੱਚ, ਔਰ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟ ਰਿਪ੍ਰਜੈਂਟ ਕਰਦੀ ਅਲਗੋਮਾ ਯੂਨੀਵਰਸਿਟੀ ਨੂੰ, ਜਿਨ੍ਹਾਂ ਦਾ ਕੈਂਪਸ ਬਰੈਂਪਟਨ 'ਚ ਵੀ ਹੈ ਔਰ ਸੂ ਸੇਂਟ ਮੈਰੀ ਵਿੱਚ ਵੀ ਹੈਗਾ। ਇੱਕ ਸਰਕਾਰੀ ਯੂਨੀਵਰਸਿਟੀ ਹੈਗੀ, 55 ਈਅਰਸ ਓਲਡ ਯੂਨੀਵਰਸਿਟੀ ਹੈਗੀ ਅਲਗੋਮਾ ਯੂਨੀਵਰਸਿਟੀ। ਪੋਸਟ ਗ੍ਰੈਜੂਏਟ ਡਿਪਲੋਮਾਸ ਵੀ ਹੈਗੀਆਂ ਉੱਥੇ ਅਲਗੋਮਾ ਯੂਨੀਵਰਸਿਟੀ 'ਚ, ਐਂਡ ਬੈਚਲਰ ਡਿਗਰੀਜ਼ ਵੀ ਹੈਗੀਆਂ। ਇੱਕ ਸਪੈਸ਼ਲ ਇਸ ਲਈ ਹੈਗੀ ਹੈ ਕਿਉਂਕਿ 3 ਸਾਲ ਦੀ ਬੈਚਲਰ ਡਿਗਰੀ ਬਹੁਤ ਹੀ ਘੱਟ ਯੂਨੀਵਰਸਿਟੀਜ਼ ਕੈਨੇਡਾ ਵਿੱਚ ਦੇ ਰਹੀਆਂ, ਵਿਚ ਇਜ਼ ਇਕੁਅਲੈਂਟ ਟੂ ਐਡਵਾਂਸ ਡਿਪਲੋਮਾ। ਜੇ ਅਸੀਂ 3 ਸਾਲ ਦਾ ਡਿਪਲੋਮਾ ਕਰਨ ਜਾਂਦੇ ਹਾਂ ਪਰ ਸਾਨੂੰ ਬੈਚਲਰ ਨਹੀਂ ਮਿਲਦੀ, ਤਾਂ ਨੋਨ ਮੈਡੀਕਲ ਸਟੂਡੈਂਟ ਵੀ ਜਾ ਸਕਦਾ ਬੈਚਲਰ ਇਨ ਕੰਪਿਊਟਰਸ ਕਰਨ, ਮੈਡੀਕਲ ਸਟੂਡੈਂਟ ਬੈਚਲਰ ਇਨ ਬਾਇਓਲੋਜੀ ਕਰਨ, ਬੈਚਲਰ ਇਨ ਕਮਿਊਨਿਟੀ ਡਿਵੈਲਪਮੈਂਟ ਕਰਨ, ਬੈਚਲਰ ਇਨ ਸੋਸ਼ਲ ਸਰਵਿਸ ਵਰਕਰ ਕਰਨ ਜਾ ਸਕਦੇ ਹਾਂ। 3-3 ਸਾਲ ਦੀਆਂ ਇਹ ਡਿਗਰੀਜ਼ ਹੈਗੀਆਂ। ਔਰ ਜੇ ਕਮਰਸ ਸਟੂਡੈਂਟ ਦੀ ਗੱਲ ਕੀਤੀ ਜਾਏ ਤਾਂ ਬੈਚਲਰ ਇਨ ਇਕਨੋਮਿਕਸ ਵੀ ਸਟੂਡੈਂਟ ਕਰਨ ਜਾ ਸਕਦਾ। ਸੋ ਇੱਦਾਂ ਦੇ ਕੁਝ ਕੋਰਸਿਸ ਹੈਗੀਆਂ ਜਿਹੜੇ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਹੀ ਹੈਗੇ, ਔਰ ਤੁਹਾਨੂੰ ਸਹੀ ਤਰੀਕੇ ਗਾਈਡ ਕਰਕੇ ਤੁਹਾਨੂੰ ਵੀਜ਼ਾ ਦਵਾਉਣ ਦੀ ਕੋਸ਼ਿਸ਼ ਰਹਿੰਦੀ ਹੈ ਲੈਂਡਮਾਰਕ ਇਮੀਗ੍ਰੇਸ਼ਨ ਦੀ। ਜੀ ਅੱਛਾ ਸਰ, ਜਿਵੇਂ ਤੁਸੀਂ ਗੱਲ ਕੀਤੀ ਸਰਕਾਰੀ ਯੂਨੀਵਰਸਿਟੀ ਦੀ ਗੱਲ ਕੀਤੀ ਹੈਗੀ, ਸੋ ਬਹੁਤ ਕੰਪਨੀਜ਼ ਵੱਲੋਂ ਸਟੂਡੈਂਟ ਨੂੰ ਸੁਜੈਸਟ ਕੀਤਾ ਜਾਂਦਾ ਪ੍ਰਾਈਵੇਟ ਕਾਲਜਸ, ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ, ਪ੍ਰਾਈਵੇਟ ਦੇ ਵਿੱਚ ਜਾਣਾ ਚਾਹੀਦਾ ਕਿ ਨਹੀਂ? ਸੀ ਪਹਿਲੀ ਗੱਲ, ਜੇ ਤੁਹਾਡੀ ਐਲੀਜੀਬਿਲਟੀ ਗਵਰਨਮੈਂਟ ਕਾਲਜ ਦੀ ਹੈਗੀ ਹੈ, ਜਿੱਥੇ ਕਾਫੀ ਸਾਰੇ ਗਵਰਨਮੈਂਟ ਕਾਲਜ ਹੈਗੇ ਆ ਜਿਹੜੇ 2 ਮੋਡਿਊਲ 'ਚੋਂ 5.5 ਬੈਂਡ ਐਕਸੈਪਟ ਕਰ ਰਹੇ ਨੇ, ਬਹੁਤ ਸਾਰੀਆਂ ਯੂਨੀਵਰਸਿਟੀਜ਼ ਹੈਗੀਆਂ ਜਿਹੜੇ ਵਿਦ ESL 2 ਮੋਡਿਊਲ 'ਚੋਂ 5.5 ਬੈਂਡ ਨਾਲ ਤੁਹਾਨੂੰ ਐਡਮਿਸ਼ਨ ਦੇ ਰਹੇ ਹੈ। ਔਰ ਜੇ ਤੁਸੀਂ ਇੱਥੇ ਪੜ੍ਹਨ ਜਾਣਾ ਚਾਹੁੰਦੇ ਹੋ ਕੈਨੇਡਾ ਵਿੱਚ, ਤਾਂ ਫਸਟ ਪ੍ਰੈਫਰੈਂਸ ਸਟੂਡੈਂਟ ਦੀ ਗਵਰਨਮੈਂਟ ਕਾਲਜ ਹੋਣੀ ਚਾਹੀਦੀ ਹੈ ਜਾਂ ਗਵਰਨਮੈਂਟ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਪ੍ਰਾਈਵੇਟ ਕਾਲਜ 'ਚ ਜਾਣਾ ਚਾਹੁੰਦੇ ਹਾਂ ਤਾਂ ਕਿਊਬੈਕ ਵਿੱਚ ਤੁਹਾਨੂੰ ਐਡਮਿਸ਼ਨ ਮਿਲ ਜਾਂਦੀ ਹੈ। ਤਾਂ ਕਿਊਬੈਕ ਵਿੱਚ ਜੇ ਅਸੀਂ ਪ੍ਰਾਈਵੇਟ ਕਾਲਜ 'ਚ ਪੜ੍ਹਦੇ ਹਾਂ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ। 1800 ਘੰਟੇ ਦੀ ਪੜ੍ਹਾਈ ਕੰਪਲਸਰੀ ਹੈ, ਵਿਚ ਮੀਨਸ 2 ਈਅਰਸ ਫੁੱਲ ਟਾਈਮ ਸਟੱਡੀਜ਼ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਸਟੂਡੈਂਟ ਨੂੰ ਮਿਲ ਜਾਂਦਾ ਜੇ ਕਿਊਬੈਕ ਪ੍ਰੋਵਿੰਸ 'ਚ ਜਾਂਦੇ ਹਾਂ। ਪਰ ਜੇ ਅਸੀਂ ਕਿਸੇ ਹੋਰ ਪ੍ਰੋਵਿੰਸ 'ਚ ਜਾਂਦੇ ਹਾਂ ਪੜ੍ਹਨ ਲਈ ਪ੍ਰਾਈਵੇਟ ਕਾਲਜ 'ਚ, ਤਾਂ ਸਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ। ਸੋ ਜੇ ਤੁਸੀਂ ਇਹਨਾਂ ਸਾਰੀਆਂ ਆਪਸ਼ਨਸ ਤੋਂ ਬਾਅਦ ਦੇਖ ਰਹੇ ਹੋ ਪ੍ਰਾਈਵੇਟ ਕਾਲਜ, ਫਿਰ ਠੀਕ ਹੈ। ਪਰ ਮੇਰੇ ਹਿਸਾਬ ਨਾਲ ਜਿਹੜਾ ਕੈਨੇਡਾ ਜਾਣ ਵਾਲਾ ਸਟੂਡੈਂਟ ਹੈ, ਫਸਟ ਪ੍ਰੈਫਰੈਂਟ ਗਵਰਨਮੈਂਟ ਕਾਲਜ, ਗਵਰਨਮੈਂਟ ਯੂਨੀਵਰਸਿਟੀ ਰੱਖੇ, ਫਿਰ ਦੇਖੇ ਕਿ ਕਿਊਬੈਕ ਵਿੱਚ ਮਿਲ ਰਹੀ ਹੈ ਜੇ ਇੱਥੇ ਨਹੀਂ ਐਡਮਿਸ਼ਨ ਮਿਲ ਰਹੀ। ਔਰ ਜੇ ਕਿਊਬੈਕ ਵਿੱਚ ਵੀ ਐਡਮਿਸ਼ਨ ਨਹੀਂ ਮਿਲ ਰਹੀ, ਫਿਰ ਉਹ ਕਿਸੇ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਲਵੇ। ਔਰ ਜੇ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਲਈ ਹੈ ਤਾਂ ਇਸ ਪ੍ਰਾਈਵੇਟ ਐਸੇ ਕੋ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਲਈ ਜਿਹਦੇ ਲੀਡਿੰਗ ਪਾਥਵੇਜ਼ ਹੋਣ, ਜਿਵੇਂ 1 ਸਾਲ ਤੁਸੀਂ ਪ੍ਰਾਈਵੇਟ ਕਾਲਜ 'ਚ ਪੜ੍ਹਿਆ, ਉਸ ਤੋਂ ਬਾਅਦ ਤੁਸੀਂ ਯੂਨੀਵਰਸਿਟੀ 'ਚ ਪੜ੍ਹ ਸਕਦੇ ਹੋ, 1 ਸਾਲ ਉਸ ਕਾਲਜ 'ਚ ਪੜ੍ਹ ਕੇ ਤੁਸੀਂ ਸਰਕਾਰੀ ਕਾਲਜ 'ਚ ਤੁਹਾਨੂੰ ਪਾਥਵੇ ਮਿਲ ਰਿਹਾ ਕਿਉਂਕਿ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਸਕੇ। ਸੋ ਬਹੁਤ ਵੱਡੀ ਮਿਸਟੇਕ ਕਰ ਬੈਠਦੇ ਆ ਕਾਫੀ ਸਟੂਡੈਂਟਸ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਲੈ ਕੇ, ਉਸ ਤੋਂ ਬਾਅਦ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਵੇਲੇਬਲ ਨਹੀਂ ਹੈਗਾ। ਸੋ ਬਿਲਕੁਲ ਜੀ, ਇਹ ਕੁਸ਼ਚਨ ਮੈਂ ਤਾਂ ਹੀ ਪੁੱਛਿਆ ਸੀਗਾ ਕਿਉਂਕਿ ਸਟੂਡੈਂਟ ਨੂੰ ਕਈ ਵਾਰੀ ਸੁਜੈਸਟ ਵੀ ਕੀਤਾ ਜਾਂਦਾ ਕਿ ਪ੍ਰਾਈਵੇਟ ਕਾਲਜ ਦੇ ਵਿੱਚ ਤੁਸੀਂ ਚਲੇ ਜਾਓ, ਫਿਰ ਸਰ ਨੇ ਦੱਸ ਹੀ ਦਿੱਤਾ ਕਿ ਬਾਅਦ ਦੇ ਵਿੱਚ ਵਰਕ ਪਰਮਿਟ ਦੇ ਵਿੱਚ ਤੁਹਾਨੂੰ ਦਿੱਕਤ ਆਏਗੀ ਆਏਗੀ। ਸੋ ਬਾਈ ਚਾਂਸ ਤੁਹਾਡੀ ਐਲੀਜੀਬਿਲਟੀ ਨਹੀਂ ਬਣ ਰਹੀ, ਕਿਊਬੈਕ ਅੱਛੀ, ਕਿਊਬੈਕ ਨੂੰ ਕਾਫੀ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਇਸ ਟਾਈਮ ਦੇ ਵਿੱਚ, ਅਤੇ ਕਿਊਬੈਕ ਦੇ ਵਿੱਚ ਕੀ ਅੱਛੀਆਂ ਆਪਸ਼ਨ ਸਟੂਡੈਂਟ ਨੂੰ ਮਿਲ ਜਾਣਗੀਆਂ ਬਾਅਦ ਦੇ ਵਿੱਚ? ਬਿਲਕੁਲ ਸੀ, ਮੈਂ ਇਹੀ ਦੱਸਿਆ ਕਿ ਕਿਊਬੈਕ ਪ੍ਰੋਵਿੰਸ ਜਿਹੜਾ ਕਿ ਬਹੁਤ ਹੀ ਪੁਰਾਣਾ ਪ੍ਰੋਵਿੰਸ ਹੈਗਾ ਕੈਨੇਡਾ ਦਾ, ਔਰ ਕਿਊਬੈਕ ਪ੍ਰੋਵਿੰਸ ਬਹੁਤ ਡਿਵੈਲਪਡ ਪ੍ਰੋਵਿੰਸ ਹੈਗਾ, ਬਹੁਤ ਸਾਰੀਆਂ ਜੋਬ ਓਪਰਚੁਨਿਟੀਜ਼ ਹੈਗੀਆਂ ਕਿਊਬੈਕ ਵਿੱਚ, ਔਰ ਬਹੁਤ ਸਾਰੀਆਂ ਜਿਹੜੇ ਕਿਉਂਕਿ ਸਟੂਡੈਂਟ ਜਾ ਕੇ PR ਓਪਰਚੁਨਿਟੀਜ਼ ਵੀ ਹੈਗੀਆਂ। ਬਟ ਕਿਊਬੈਕ 'ਚ ਪੜ੍ਹਨਾ ਬੱਚੇ ਨੂੰ ਇੱਕ ਫਾਰਮੈਲਿਟੀ ਪੂਰੀ ਕਰਨੀ ਪੈਂਦੀ ਹੈ, ਦੈਟ ਇਜ਼ 1800 ਆਰਸ ਆਫ ਸਟੱਡੀ। 1800 ਘੰਟੇ ਦੀ ਪੜ੍ਹਾਈ ਚਾਹੀਦੀ ਹੈ ਜਿਹੜਾ ਵੀ ਤੁਸੀਂ ਕੋਰਸ ਕਰਨ ਜਾ ਰਹੇ ਹੋ, ਉਹ 2 ਸਾਲ ਦੀ ਫੁੱਲ ਟਾਈਮ ਸਟੱਡੀ ਜੇ ਤੁਸੀਂ ਕਰਦੇ ਹੋ ਤਾਂ 1800 ਘੰਟੇ ਪੂਰੇ ਹੋ ਜਾਂਦੇ ਹੈ, ਔਰ ਫਿਰ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਤੁਸੀਂ ਐਲੀਜੀਬਲ ਹੈਗੇ ਹੋ। ਜੇ ਤੁਸੀਂ 1800 ਘੰਟੇ ਦੀ ਪੜ੍ਹਾਈ ਨਹੀਂ ਕਰਦੇ ਕਿਊਬੈਕ ਵਿੱਚ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ 3 ਸਾਲ ਦਾ ਨਹੀਂ ਮਿਲਦਾ। ਸੋ ਇਹ ਸਾਰੀਆਂ ਚੀਜ਼ਾਂ ਸਟੂਡੈਂਟ ਨੂੰ ਧਿਆਨ ਰੱਖਣੀਆਂ ਚਾਹੀਦੀਆਂ ਜਦੋਂ ਅਸੀਂ ਕਿਊਬੈਕ 'ਚ ਲਾਉਂਦੇ ਹਾਂ। ਅੱਜ ਦੀ ਡੇਟ 'ਚ ਕਿਊਬੈਕ 'ਚ ਬਹੁਤ ਸਾਰੀਆਂ ਆਪਸ਼ਨਸ ਹਲੇ ਵੀ ਓਪਨ ਹੈਗੀਆਂ ਜਨਵਰੀ ਇਨਟੇਕ ਲਈ, ਬਹੁਤ ਸਾਰੇ ਕਾਲਜਸ ਹਲੇ ਵੀ ਓਪਨ ਹੈਗੇ ਆ ਜਨਵਰੀ ਇਨਟੇਕ ਲਈ, ਔਰ ਆਫਰ ਲੈਟਰਸ ਵੀ ਕਿਊਬੈਕ ਪ੍ਰੋਵਿੰਸ ਤੋਂ ਵੀ 2 ਜਾਂ 3 ਦਿਨ ਵਿੱਚ
ਆ ਰਹੀ ਹੈ। ਸੋ ਪੋਸਟ ਗ੍ਰੈਜੂਏਟ ਸਟੂਡੈਂਟਸ ਲਈ ਵੀ ਆਪਸ਼ਨ ਹੈਗੀਆਂ, ਅੰਡਰ ਗ੍ਰੈਜੂਏਟ ਸਟੂਡੈਂਟਸ ਲਈ ਵੀ ਆਪਸ਼ਨਸ ਹੈਗੀਆਂ, ਹਰ ਸਟਰੀਮ ਦੇ ਸਟੂਡੈਂਟ ਲਈ, ਮੈਡੀਕਲ, ਨੋਨ ਮੈਡੀਕਲ, ਕਮਰਸ ਸਟੂਡੈਂਟ ਲਈ ਆਪਸ਼ਨਸ ਹੈਗੀਆਂ ਅੱਜ ਦੀ ਡੇਟ 'ਚ ਜਨਵਰੀ ਇਨਟੇਕ ਲਈ। ਕਿਉਂਕਿ ਮੇਰੇ ਕੋਲ ਸਟੂਡੈਂਟਸ ਆ ਰਹੇ ਨੇ, ਉਹ ਕਾਫੀ ਸਾਰੇ ਪ੍ਰੈਫਰੈਂਸ ਲੈ ਕੇ ਆ ਰਹੇ ਨੇ, ਉਹ ਕਹਿ ਰਹੇ ਸਾਨੂੰ ਜਨਵਰੀ ਇਨਟੇਕ ਨਹੀਂ ਮਿਲ ਪਾ ਰਿਹਾ। ਸੋ ਮੈਂ ਸੀਰੀਅਸਲੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਪ੍ਰੋਗਰਾਮਸ ਅਵੇਲੇਬਲ ਹੈਗੇ ਆ ਜਨਵਰੀ ਇਨਟੇਕ 'ਚ ਮੈਡੀਕਲ ਸਟੂਡੈਂਟ ਲਈ, ਕਮਰਸ ਸਟੂਡੈਂਟ ਲਈ, ਨੋਨ ਮੈਡੀਕਲ ਸਟੂਡੈਂਟਸ ਲਈ ਪ੍ਰੋਗਰਾਮਸ ਆਰ ਅਵੇਲੇਬਲ ਫੋਰ ਜਨਵਰੀ ਇਨਟੇਕ। ਔਰ ਤੁਸੀਂ ਜਲਦੀ ਤੋਂ ਜਲਦੀ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰੋ, ਕਿਉਂਕਿ ਜਿੰਨੀ ਜਲਦੀ ਅਸੀਂ ਆਪਣਾ ਪ੍ਰੋਸੈਸ ਕਰਦੇ ਹਾਂ ਉਨੀ ਹੀ ਜਲਦੀ ਤੁਹਾਡਾ ਵੀਜ਼ਾ ਲੱਗ ਕੇ ਆਉਂਦਾ ਜਨਵਰੀ ਇਨਟੇਕ ਦਾ। ਬਿਲਕੁਲ ਜੀ, ਬਿਲਕੁਲ, ਕਿਉਂਕਿ ਸੀਟਸ ਲਗਾਤਾਰ ਫੁੱਲ ਹੋ ਰਹੀਆਂ ਨੇ। ਅਕਤੂਬਰ ਜਿਹੜਾ ਉਹ ਚੱਲ ਰਿਹਾ ਹੈਗਾ, ਵਿੱਚ ਤੁਹਾਡੇ ਕੋਲ ਸਿਰਫ ਤੇ ਸਿਰਫ 2 ਮਹੀਨੇ ਪਏ ਹੈਗੇ ਨੇ, ਅਤੇ ਇਸੇ ਕਰਕੇ ਟਰਾਈ ਕਰੋ ਜੀ ਜਲਦੀ ਤੋਂ ਜਲਦੀ। ਜੇਕਰ ਤੁਹਾਡੀ ਆਇਲਸ ਕੰਪਲੀਟ ਹੋ ਚੁੱਕੀ ਹੈ ਅਤੇ ਆਫਿਸ ਦੇ ਵਿੱਚ ਜੋ ਵੀ ਆਫਿਸ ਤੁਹਾਨੂੰ ਨਜ਼ਦੀਕ ਪੈਂਦਾ ਹੈਗਾ ਉੱਥੇ ਪਹੁੰਚ ਕੇ ਆਪਣੀ ਡਾਕੂਮੈਂਟਸ ਲੈ ਕੇ ਪਹੁੰਚੋ ਅਤੇ ਆਪਣਾ ਵੀਜ਼ਾ ਜਿਹੜਾ ਅਪਲਾਈ ਕਰੋ, ਤਾਂ ਕਿ ਤੁਸੀਂ ਜੈਨ ਇਨਟੇਕ ਦੀ, ਕਿਉਂਕਿ ਜਿੰਨਾ ਤੁਸੀਂ ਲੇਟ ਕਰੋਗੇ ਤੁਸੀਂ ਸੋਚੋਗੇ ਕੋਈ ਗੱਲ ਨਹੀਂ 2 ਦਿਨ ਦੇ ਵਿੱਚ ਆਫਰ ਲੈਟਰ ਆ ਰਹੀ ਹੈ ਜੀ ਮੈਂ ਅਗਲੇ ਮਹੀਨੇ ਤੱਕ ਅਪਲਾਈ ਕਰ ਲਵਾਂਗਾ, ਉਦੋਂ ਤੱਕ ਸੀਟਸ ਜਿਹੜੀਆਂ ਫੁੱਲ ਹੋ ਜਾਣਗੀਆਂ ਕਿਉਂਕਿ ਸਟੂਡੈਂਟ ਲਗਾਤਾਰ ਪਹੁੰਚ ਰਹੇ ਨੇ, ਲੈਂਡਮਾਰਕ ਕੋਲ ਵੀ ਪਹੁੰਚ ਰਹੇ ਨੇ। ਅਦਰਵਾਈਜ਼ ਵੀ ਉਹਨਾਂ ਨੂੰ ਹੁੰਦਾ ਕਿ ਕੈਨੇਡਾ ਅਸੀਂ ਚਲੇ ਜਾਈਏ, ਜਲਦੀ ਤੋਂ ਜਲਦੀ ਸੀਟਸ ਅਸੀਂ ਬੁੱਕ ਕਰਵਾ ਲਈਏ। ਸੋ ਜਲਦ ਤੋਂ ਜਲਦ ਤੁਸੀਂ ਅਪਲਾਈ ਕਰਨ ਦੀ ਕੋਸ਼ਿਸ਼ ਕਰੋ ਜੀ। ਅੱਛਾ ਸਰ, ਪ੍ਰੋਗਰਾਮ ਦੀ ਗੱਲ ਕੀਤੀ ਹੈਗੀ, ਕਿਹੜੇ ਕਿਹੜੇ ਪ੍ਰੋਗਰਾਮ ਜਿਹੜੇ ਸਟੂਡੈਂਟ ਨੂੰ ਮਿਲ ਸਕਦੇ ਹੈਗੇ ਨੇ? ਜੇ ਅਸੀਂ ਮੈਡੀਕਲ ਸਟੂਡੈਂਟ ਦੀ ਗੱਲ ਕਰੀਏ ਤਾਂ ਇਨਵਾਇਰਮੈਂਟਲ ਟੈਕਨੀਸ਼ੀਅਨ ਪਲੱਸ ਟੂ ਮੈਡੀਕਲ ਸਟੂਡੈਂਟ ਲਈ ਅਵੇਲੇਬਲ ਹੈਗਾ, ਕੰਟੀਨਿਊਇੰਗ ਕੇਅਰ ਅਸਿਸਟੈਂਟ ਪਲੱਸ ਟੂ ਮੈਡੀਕਲ ਸਟੂਡੈਂਟ ਲਈ ਅਵੇਲੇਬਲ ਹੈਗਾ, ਅਰਲੀ ਚਾਈਲਡਹੁੱਡ ਐਜੂਕੇਸ਼ਨ ਪਲੱਸ ਟੂ ਮੈਡੀਕਲ ਸਟੂਡੈਂਟ ਲਈ ਅਵੇਲੇਬਲ ਹੈਗਾ, ਮੈਡੀਕਲ ਆਫਿਸਰ ਮੈਡੀਕਲ ਸਟੂਡੈਂਟ ਲਈ ਅਵੇਲੇਬਲ ਹੈਗਾ। ਔਰ ਜੇ ਅਸੀਂ ਨੋਨ ਮੈਡੀਕਲ ਸਟੂਡੈਂਟ ਦੀ ਗੱਲ ਕਰੀਏ ਤਾਂ ਵੈਲਡਿੰਗ ਟੈਕਨੀਕਸ, ਕੰਸਟਰਕਸ਼ਨ ਇੰਜੀਨੀਅਰਿੰਗ, ਆਟੋਮੋਬਾਈਲ ਇੰਜੀਨੀਅਰਿੰਗ ਔਰ ਇੰਡਸਟਰੀਅਲ ਡਰਾਫਟਿੰਗ ਵਰਗੇ ਪ੍ਰੋਗਰਾਮਸ ਅਵੇਲੇਬਲ ਹੈਗੇ, ਔਰ ਕੰਪਿਊਟਰ ਸਾਇੰਸ 'ਚ ਬੈਚਲਰ ਵੀ ਅਵੇਲੇਬਲ ਹੈ ਔਰ ਆਈ ਟੀ 'ਚ ਅੰਡਰ ਗ੍ਰੈਜੂਏਟ ਡਿਪਲੋਮਾਸ ਵੀ ਅਵੇਲੇਬਲ ਹੈਗੇ ਹੈ। ਔਰ ਜੇ ਅਸੀਂ ਗੱਲ ਕਰੀਏ ਕਮਰਸ ਸਟੂਡੈਂਟ ਦੀ ਤਾਂ ਬਿਜ਼ਨਸ ਸੇਲਸ ਐਂਡ ਮਾਰਕੀਟਿੰਗ, ਬਿਜ਼ਨਸ ਹਿਊਮਨ ਰਿਸੋਰਸ, ਬਿਜ਼ਨਸ ਇੰਟਰਨੈਸ਼ਨਲ ਬਿਜ਼ਨਸ ਔਰ ਜਨਰਲ ਬਿਜ਼ਨਸ ਵੀ ਸਟੂਡੈਂਟ ਕਰਨ ਜਾ ਸਕਦੇ ਨੇ ਜਿਹੜੇ ਕੈਨੇਡਾ 'ਚ ਕਮਰਸ ਪਲੱਸ ਟੂ ਪਾਸ ਸਟੂਡੈਂਟ ਆ ਜਿਹੜੇ ਕਰਨਾ ਚਾਹੁੰਦੇ ਨੇ। ਜੇ ਅਸੀਂ ਇਸ ਤੋਂ ਬਾਅਦ ਗੱਲ ਕਰੀਏ ਆਰਟ ਸਟੂਡੈਂਟਸ ਦੀ ਤਾਂ ਕਲਨਰੀ ਮੈਨੇਜਮੈਂਟ, ਹੋਸਪਿਟੈਲਿਟੀ ਮੈਨੇਜਮੈਂਟ, ਜਨਰਲ ਆਰਟਸ ਐਂਡ ਸਾਇੰਸ, ਐਸੋਸੀਏਟ ਡਿਗਰੀ ਇਨ ਆਰਟਸ, ਕਮਿਊਨਿਟੀ ਡਿਵੈਲਪਮੈਂਟ 'ਚ ਬੈਚਲਰ, ਸੋਸ਼ਲ ਸਰਵਿਸ ਡਿਵੈਲਪਮੈਂਟ 'ਚ ਬੈਚਲਰ, ਹੋਰ ਵੀ ਬਹੁਤ ਸਾਰੀਆਂ ਬੈਚਲਰ ਆਪਸ਼ਨਸ ਅਵੇਲੇਬਲ ਹੈਗੀਆਂ ਆਰਟਸ ਸਟੂਡੈਂਟਸ ਵਾਸਤੇ ਵੀ। ਔਰ ਜੇ ਅਸੀਂ ਗੱਲ ਕਰੀਏ ਪੋਸਟ ਗ੍ਰੈਜੂਏਟ ਲੈਵਲ 'ਤੇ ਤਾਂ ਬੀ ਟੈਕ ਸਟੂਡੈਂਟ ਐਮ ਬੀ ਏ ਕਰਨ ਜਾ ਸਕਦਾ ਕੈਨੇਡਾ ਵਿੱਚ ਵਿਦਆਊਟ ਜੀ ਮੈਟ, ਔਰ ਓਵਰਆਲ 6 ਬੈਂਡ ਦੀ ਵੀ ਐਕਸੈਪਟੈਂਸ ਹੈਗੀ ਹੈ। ਜੇ ਤੁਸੀਂ ਬੀ ਟੈਕ ਕੀਤੀ ਹੈ, ਬੀ ਬੀ ਏ ਕੀਤੀ ਹੈ, ਬੀ ਕੌਮ ਕੀਤੀ ਹੈ ਜਾਂ ਕੋਈ ਵੀ ਗ੍ਰੈਜੂਏਟ ਜੇ ਐਮ ਬੀ ਏ ਕਰਨਾ ਚਾਹੁੰਦੇ ਹੋ ਕੈਨੇਡਾ ਵਿੱਚ ਵੈਂਕੂਵਰ ਲੋਕੇਸ਼ਨ 'ਤੇ ਤਾਂ ਐਮ ਬੀ ਏ ਆਪਸ਼ਨ ਵੀ ਅਵੇਲੇਬਲ ਹੈਗੀ ਹੈ, ਔਰ ਜਨਵਰੀ ਇਨਟੇਕ 'ਚ ਤੁਸੀਂ ਐਮ ਬੀ ਏ ਕਰਨ ਜਾ ਸਕਦੇ ਹੋ। ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਗਲੋਬਲ ਬਿਜ਼ਨਸ ਮੈਨੇਜਮੈਂਟ, ਪ੍ਰੋਜੈਕਟ ਮੈਨੇਜਮੈਂਟ ਵਰਗਾ ਪ੍ਰੋਗਰਾਮ ਜਿਹੜਾ ਕਿ ਹਰ ਬੀ ਟੈਕ ਸਟੂਡੈਂਟ ਕਰਨਾ ਚਾਹੁੰਦਾ, ਪ੍ਰੋਜੈਕਟ ਮੈਨੇਜਮੈਂਟ, ਨੈਟਵਰਕਿੰਗ ਐਂਡ ਸਿਕਿਉਰਿਟੀ ਦਾ ਪ੍ਰੋਗਰਾਮ, ਆਈ ਟੀ ਔਰ ਇਲੈਕਟ੍ਰੋਨਿਕਸ ਵਾਲੇ ਸਟੂਡੈਂਟਸ ਲਈ ਬੀ ਟੈਕ ਆਈ ਟੀ, ਬੀ ਸੀ ਏ ਔਰ ਬੀ ਐੱਸ ਸੀ ਆਈ ਟੀ ਜਾਂ ਹੋਰ ਵੀ ਬੀ ਟੈਕ ਕੰਪਿਊਟਰ ਸਾਇੰਸ ਸਾਰੇ ਸਟੂਡੈਂਟ ਇਹ ਪ੍ਰੋਗਰਾਮ ਕਰਨ ਜਾ ਸਕਦੇ ਹੈ। ਵੈਬ ਇੰਟੀਗ੍ਰੇਸ਼ਨ ਪ੍ਰੋਗਰਾਮਿੰਗ, ਇੰਟਰਨੈਸ਼ਨਲ ਪ੍ਰੋਗਰਾਮਿੰਗ ਵਰਗਾ ਪ੍ਰੋਗਰਾਮ, ਕੰਪਿਊਟਰ ਸੋਫਟਵੇਅਰ ਪ੍ਰੋਗਰਾਮਿੰਗ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਅਵੇਲੇਬਲ ਹੈਗਾ 2 ਈਅਰਸ ਦੇ ਜਿਹੜੇ ਤੁਸੀਂ ਕਰਨ ਜਾ ਸਕਦੇ ਹੋ। ਸੋ ਪ੍ਰੋਗਰਾਮ ਦੀ ਜਿਹੜੀ ਲਿਸਟ ਹੈਗੀ ਹੈ ਉਹ ਨੈਵਰ ਐਂਡਿੰਗ ਹੈਗੀ ਆ। ਅੱਜ ਦੀ ਡੇਟ 'ਚ ਵੀ 150 ਤੋਂ ਵੱਧ ਪ੍ਰੋਗਰਾਮ ਅਵੇਲੇਬਲ ਹੈਗੇ ਹੈ, ਹਰ ਸਟਰੀਮ ਵਾਲੇ ਸਟੂਡੈਂਟ ਲਈ ਅਵੇਲੇਬਲ ਹੈਗੇ ਹੈ ਜਿਹੜੇ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਨੇ। ਸੋ ਤੁਸੀਂ ਸਹੀ ਤਰੀਕੇ ਨਾਲ ਚੂਜ਼ ਕਰਨਾ ਕਿ ਕਿਹੜਾ ਕੋਰਸ ਤੁਹਾਨੂੰ ਸੂਟ ਕਰ ਰਿਹਾ ਔਰ ਕਿਹੜੇ ਕੋਰਸ 'ਚ ਤੁਸੀਂ ਕਿਹੜੀ ਸਿਟੀ 'ਚ ਤੁਸੀਂ ਜਾਣਾ ਚਾਹੁੰਦੇ ਹੋ। ਬਿਲਕੁਲ ਪ੍ਰੋਗਰਾਮਸ ਅਵੇਲੇਬਲ ਹੈਗੇ ਹੈ, ਜਨਵਰੀ ਇਨਟੇਕ ਇਜ਼ ਓਪਨ ਔਰ ਹਲੇ 31 ਅਕਤੂਬਰ ਤੱਕ ਬਹੁਤ ਸਾਰੇ ਪ੍ਰੋਗਰਾਮਸ ਓਪਨ ਹੈਗੇ ਹੈ ਔਰ ਆਫਰ ਲੈਟਰਸ ਵੀ ਜਲਦ ਹੀ ਆ ਰਹੀਆਂ ਨੇ। ਬਿਲਕੁਲ ਜੀ, ਸੋ ਪ੍ਰੋਗਰਾਮ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਈਡ ਆਪਸ਼ਨਸ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਹਰ ਤਰ੍ਹਾਂ ਦੇ ਸਟੂਡੈਂਟ ਵਾਸਤੇ, ਹਰ ਸਟਰੀਮ ਵਾਲੇ ਸਟੂਡੈਂਟ, ਚਾਹੇ ਕਾਮਰਸ ਹੋ, ਚਾਹੇ ਮੈਡੀਕਲ ਹੈਗੇ ਹੋ, ਨੋਨ ਮੈਡੀਕਲ ਹੈਗੇ ਹੋ, ਆਰਟਸ ਸਟਰੀਮ ਵਾਲੇ ਨੇ, ਹਰ ਸਟਰੀਮ ਲਈ ਬਹੁਤ ਸਾਰੀਆਂ ਆਪਸ਼ਨਸ ਹੈਗੇ ਨੇ। ਅੱਛਾ ਸਰ, ਬਹੁਤ ਮੇਰੇ ਖਿਆਲ 'ਚ ਇਹ ਚੀਜ਼ ਮੈਟਰ ਕਰਦੀ ਹੈ ਕਿ ਇੱਥੋਂ ਸਟੱਡੀ ਕਈ ਵਾਰੀ ਦੇਖਦੇ ਹੈਗੇ ਰਿਫਿਊਜ਼ਲ ਦਾ ਰੀਜ਼ਨ ਵੀ ਬਣਿਆ ਜਾਓ, ਅਦਰਵਾਈਜ਼ ਵੀ ਕਿ ਇੱਥੇ ਸਟੂਡੈਂਟ ਦੀ ਸਟੱਡੀ ਕੋਈ ਹੋਰ ਹੁੰਦੀ ਹੈ, ਅੱਗੇ ਉਹਨੂੰ ਕੁਛ ਹੋਰ ਹੀ ਕੋਰਸ ਦੇ ਦਿੱਤਾ ਜਾਂਦਾ ਹੈ? ਸੋ ਵੀ ਡਿਪੈਂਡ ਕਰਦਾ ਸਿਰਫ ਤੁਸੀਂ ਆਰਟਸ ਕੀਤੀ ਹੈ। ਸੋ ਬਹੁਤ ਸਾਰੇ ਪ੍ਰੋਗਰਾਮਸ ਇੱਦਾਂ ਦੇ ਹੈਗੇ ਆ ਜਿਹੜੇ ਜਿਨ੍ਹਾਂ ਦੀ ਰਿਕੁਆਇਰਮੈਂਟ ਸਿਰਫ ਇੰਗਲਿਸ਼ ਹੈਗੀ ਹੈ, ਜਿਵੇਂ ਅਸੀਂ ਕਹੀਏ ਹੋਸਪਿਟੈਲਿਟੀ, ਟਰੈਵਲ ਐਂਡ ਟੂਰਿਜ਼ਮ, ਸੋਸ਼ਲ ਸਰਵਿਸ ਵਰਕ, ਅਰਲੀ ਚਾਈਲਡਹੁੱਡ ਐਜੂਕੇਸ਼ਨ। ਸੋ ਇਹ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਆ, ਤੁਸੀਂ ਜੇ ਆਰਟ ਸਟੂਡੈਂਟ ਹੈਗੇ ਹੋ ਇਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਪਲੱਸ ਟੂ 'ਚ ਇੰਗਲਿਸ਼। ਸੋ ਜੇ ਤੁਸੀਂ ਪਲੱਸ ਟੂ ਆਰਟ ਸਟੂਡੈਂਟ ਹੋ ਤਾਂ ਤੁਸੀਂ ਇਹ ਸਾਰੇ ਪ੍ਰੋਗਰਾਮ ਕਰਨ ਜਾ ਸਕਦੇ ਹੋ। ਸੋ ਜਦੋਂ ਸਾਨੂੰ ਕਾਲਜ ਤੋਂ ਇੱਕ ਲਿਸਟ ਆਉਂਦੀ ਹੈ ਐਲੀਜੀਬਿਲਟੀ ਦੀ, ਉਹਦੇ ਵਿੱਚ ਲਿਖਿਆ ਹੁੰਦਾ ਕਿ ਇਹਦੇ 'ਚ ਇੰਗਲਿਸ਼ ਰਿਕੁਆਇਰਮੈਂਟ ਹੈਗੀ ਹੈ ਪਲੱਸ ਟੂ ਵਿੱਚ ਇਸ ਪ੍ਰੋਗਰਾਮ 'ਚ। ਜਿਵੇਂ ਅਸੀਂ ਗੱਲ ਕਰੀਏ ਕੈਮੀਕਲ ਲੈਬ ਟੈਕਨੀਸ਼ੀਅਨ ਦੀ,
ਦੀ ਰਿਕੁਆਇਰਮੈਂਟ ਹੁੰਦੀ ਹੈ। ਸੋ ਹਰ ਪ੍ਰੋਗਰਾਮ ਦੀ ਇੱਕ ਰਿਕੁਆਇਰਮੈਂਟ ਹੁੰਦੀ ਹੈ। ਜਿਵੇਂ ਕੰਪਿਊਟਰ ਪ੍ਰੋਗਰਾਮਰ ਦੀ ਗੱਲ ਕਰੀਏ ਤਾਂ ਮੈਥਸ ਉਹਦੇ ਕੋਰ ਰਿਕੁਆਇਰਮੈਂਟ ਹੈਗੀ ਹੈ। ਸੋ ਸਾਨੂੰ ਇਹ ਜ਼ਰੂਰ ਚੈੱਕ ਕਰਨਾ ਚਾਹੀਦਾ ਕਿ ਜੋ ਪ੍ਰੋਗਰਾਮ ਦੀ ਰਿਕੁਆਇਰਮੈਂਟ ਹੈਗੀ ਹੈ ਉਹ ਅਸੀਂ ਫੁਲਫਿਲ ਕਰ ਰਹੇ ਹਾਂ ਤਾਂ ਤੁਸੀਂ ਉਹ ਪ੍ਰੋਗਰਾਮ ਬਿਲਕੁਲ ਲੈ ਸਕਦੇ ਹੋ। ਜੇ ਤੁਸੀਂ ਇੰਗਲਿਸ਼ ਪੜ੍ਹੀ ਹੈ ਔਰ ਇੰਗਲਿਸ਼ ਰਿਲੇਟਡ ਜਿਹੜੇ ਪ੍ਰੋਗਰਾਮ 'ਚ ਐਲੀਜੀਬਿਲਟੀ ਬਣਦੀ ਹੈ ਤੁਸੀਂ ਉਹ ਪੜ੍ਹਨ ਜਾ ਸਕਦੇ ਹੋ। ਫਿਰ MBA ਜੇ ਜਿੰਨੇ ਵੀ ਗ੍ਰੈਜੂਏਟ BTECH ਸਟੂਡੈਂਟ ਹੁੰਦੇ ਆ, ਜਿੰਨੇ ਵੀ ਗ੍ਰੈਜੂਏਟ ਹੁੰਦੇ ਆ, ਉਹਨਾਂ ਦਾ ਇੱਕ ਸੁਪਨਾ ਹੁੰਦਾ ਇੰਡੀਆ ਵਿੱਚ ਵੀ ਅਸੀਂ MBA ਕਰੀਏ। ਸੋ MBA ਮਾਸਟਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਇੱਕ ਜੈਨਰਿਕ ਕੋਰਸ ਹੈਗਾ ਜਿਹੜਾ ਕੋਈ ਵੀ ਗ੍ਰੈਜੂਏਟ ਸਟੂਡੈਂਟ ਕਰਨ ਜਾ ਸਕਦਾ। ਪ੍ਰੋਜੈਕਟ ਮੈਨੇਜਮੈਂਟ, ਜਿੰਨੇ ਵੀ BTECH ਹੈਗੇ ਆ, ਜਿੰਨੇ ਵੀ BTECH ਕਿਸੇ ਵੀ ਫੀਲਡ 'ਚ ਤੁਸੀਂ BTECH ਹੈਗੇ ਹੋ, ਸੋ ਪ੍ਰੋਜੈਕਟ ਮੈਨੇਜਮੈਂਟ ਇੱਕ ਜੈਨਰਿਕ ਕੋਰਸ ਹੈ ਜਿਹੜਾ ਤੁਸੀਂ ਕਰਨ ਜਾ ਸਕਦੇ ਹੋ। ਕੰਪਿਊਟਰ ਨੈਟਵਰਕਿੰਗ ਐਂਡ ਸਿਕਿਉਰਿਟੀ, ਸੋ ਇਲੈਕਟ੍ਰੋਨਿਕਸ ਵਾਲੇ BTECH ਸਟੂਡੈਂਟ ਔਰ ਕੰਪਿਊਟਰ ਵਾਲੇ ਸਟੂਡੈਂਟ ਨੈਟਵਰਕਿੰਗ ਐਂਡ ਸਿਕਿਉਰਿਟੀ ਦਾ ਪ੍ਰੋਗਰਾਮ ਕਰਨ ਜਾ ਸਕਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਕਿ ਕਿੱਥੇ ਤੁਸੀਂ ਕਿੱਥੋਂ ਤੁਸੀਂ ਆਪਣੀ ਅਸੈਸਮੈਂਟ ਕਰਾਉਂਦੇ ਹੋ ਔਰ ਕਿੱਦਾਂ ਦਾ ਕੋਰਸ ਤੁਸੀਂ ਲੈਂਦੇ ਹੋ। ਸੋ ਬੇਸਿਕ ਰਿਕੁਆਇਰਮੈਂਟ ਹਰ ਕੋਰਸ 'ਚ ਮੈਂਸ਼ਨ ਹੁੰਦੀ ਹੈ, ਹਰ ਕਾਲਜ ਦੀ ਵੈਬਸਾਈਟ 'ਤੇ ਵੀ ਮੈਂਸ਼ਨ ਹੈ, ਤੁਸੀਂ ਆਪੇ ਵੀ ਚੈੱਕ ਕਰ ਸਕਦੇ ਹੋ। ਤੁਸੀਂ ਇੱਕ ਸਿੰਪਲ ਹੈਗਾ, ਸਪੋਜ਼ ਐਗਜ਼ਾਮਪਲ ਦੇਣਾ, ਤੁਸੀਂ ਨਾਇਗਰਾ ਕਾਲਜ 'ਚ ਪੜ੍ਹਨਾ ਜਾਣਾ ਚਾਹੁੰਦੇ ਹੋ, ਸੋ niagaracollege.ca 'ਚ ਪ੍ਰੋਗਰਾਮਸ ਫੋਰ ਇੰਟਰਨੈਸ਼ਨਲ ਸਟੂਡੈਂਟ ਜੇ ਤੁਸੀਂ ਗੂਗਲ 'ਤੇ ਸਰਚ ਕਰੋਗੇ, ਸੋ ਪ੍ਰੋਗਰਾਮ ਲਿਸਟ ਖੁੱਲ ਜਾਏਗੀ। ਸੋ ਹਰ ਪ੍ਰੋਗਰਾਮ 'ਤੇ ਤੁਸੀਂ ਕਲਿੱਕ ਕਰੋਗੇ, ਐਡਮਿਸ਼ਨ ਕ੍ਰਿਟੀਰੀਆ ਖੁੱਲ ਜਾਏਗਾ। ਸੋ ਐਡਮਿਸ਼ਨ ਕ੍ਰਿਟੀਰੀਆ 'ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰੋਗਰਾਮ 'ਚ ਮੇਰੀ ਐਲੀਜੀਬਿਲਟੀ ਬਣਦੀ ਹੈ। ਸੋ ਅੱਜ ਦੀ ਡੇਟ 'ਚ ਗੂਗਲ, ਯੂਟਿਊਬ, ਐਵਰੀਥਿੰਗ ਸਟੂਡੈਂਟ ਦਾ ਐਕਸੈਸ ਹੈਗਾ। ਫਿਰ ਤੁਸੀਂ ਅਸੀਂ ਕਿਉਂ ਕਿਸੇ ਕੰਸਲਟੈਂਟ ਦੀਆਂ ਗੱਲਾਂ 'ਚ ਆ ਕੇ ਮਿਸਗਾਈਡ ਹੋ ਜਾਂਦੇ ਹਾਂ ਔਰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਜਾਂਦਾ। ਸੋ ਜੋ ਵੀ ਐਲੀਜੀਬਿਲਟੀ ਹੈਗੀ ਹੈ ਉਹ ਸਾਰੀ ਔਨਲਾਈਨ ਹੈਗੀ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਮੇਰੇ ਕੋਲ ਬਹੁਤ ਸਾਰੇ ਸਟੂਡੈਂਟਸ ਆਉਂਦੇ ਹੈ ਕਿ ਸਰ ਸਾਨੂੰ ਕਿਸੇ ਗਵਰਨਮੈਂਟ ਕਾਲਜ 'ਚ 2 ਮੋਡਿਊਲ 'ਚ 5.5 ਬੈਂਡ ਸੀ ਪਰ ਐਡਮਿਸ਼ਨ ਨਹੀਂ ਮਿਲੀ। ਤੁਸੀਂ ਕਲੇਮ ਕਰਦੇ ਹੋ ਕਿ ਤੁਹਾਨੂੰ ਵੀਜ਼ਾ ਵੀ ਲੱਗ ਕੇ ਆ ਰਹੇ ਨੇ, 1 ਮੋਡਿਊਲ 'ਚ 5.5 ਬੈਂਡ 'ਤੇ ਸਾਨੂੰ ਆਫਰ ਲੈਟਰ ਨਹੀਂ ਆਈ, ਮੈਂ 3 ਮਹੀਨੇ ਤੋਂ ਵੇਟ ਕਰ ਰਿਹਾ, ਤੁਸੀਂ ਕਲੇਮ ਕਰਦੇ ਹੋ ਕਿ 2 ਦਿਨ 'ਚ ਆਫਰ ਲੈਟਰ ਆ ਰਹੀ ਹੈ। ਸੋ ਉੱਥੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਟਾਈਅਪਸ ਜਿਹੜੇ ਡਾਇਰੈਕਟ ਹੈਗੇ ਆ ਕਾਲਜਿਸ ਔਰ ਯੂਨੀਵਰਸਿਟੀਜ਼ ਨਾਲ, ਉਹ ਕੰਮ ਆਉਂਦੇ ਆ। ਲੈਂਡਮਾਰਕ ਇਮੀਗ੍ਰੇਸ਼ਨ ਦਾ ਇੰਟਰਨੈਸ਼ਨਲ ਮੈਨੇਜਰ ਹੈਗਾ ਕੈਨੇਡਾ ਵਿੱਚ, ਉਹ ਉੱਥੇ ਹਰ ਟਾਈਮ ਸਟੂਡੈਂਟਸ ਵਾਸਤੇ ਕੰਮ ਕਰਦਾ ਰਹਿੰਦਾ ਜਿਹਦੇ ਨਾਲ ਆਫਰ ਲੈਟਰਸ ਜਲਦੀ ਆ ਸਕਣ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਔਰ ਪਿਛਲੇ 12 ਸਾਲਾਂ ਤੋਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਸਟੂਡੈਂਟਸ ਨੂੰ ਸਹੀ ਤਰੀਕੇ ਗਾਈਡ ਕੀਤਾ ਜਾਏ, ਸਟੂਡੈਂਟ ਲਈ ਸਰਵਿਸ ਦਿੱਤੀ ਜਾਏ, ਇੰਡੀਆ 'ਚ ਨਹੀਂ ਪਰ ਕੈਨੇਡਾ 'ਚ ਵੀ ਸਰਵਿਸ ਦਿੱਤੀ ਜਾਏ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦਿਆਂ ਹੋਇਆਂ ਇੱਕ ਫੋਕਸ ਹੋ ਜਾਂਦਾ ਕਿ ਕੈਂ ਸਟੂਡੈਂਟ ਨੂੰ ਵੀਜ਼ਾ ਕਿਵੇਂ ਦਿਵਾਇਆ ਜਾ ਸਕਦਾ। ਸੋ ਸਾਰੀਆਂ ਚੀਜ਼ਾਂ ਮੈਟਰ ਕਰਨਗੀਆਂ। ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਨੇੜੇ ਦੇ ਆਫਿਸ 'ਚ ਵਿਜ਼ਿਟ ਕਰ ਸਕਦੇ ਹੋ। ਸਾਡੇ ਆਫਿਸ ਪੰਜਾਬ, ਦਿੱਲੀ, ਕੇਰਲਾ, ਗੁਜਰਾਤ ਵਿੱਚ ਹੈਗੇ ਆ। ਜੇ ਪੰਜਾਬ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ, ਮੋਗਾ, ਲੁਧਿਆਣਾ, ਜਲੰਧਰ ਵਿੱਚ ਸਾਡੇ ਆਫਿਸ ਹੈ, ਮੋਹਾਲੀ 'ਚ ਸਾਡਾ ਆਫਿਸ ਹੈ ਔਰ ਚੰਡੀਗੜ੍ਹ 'ਚ ਤੁਸੀਂ ਸਾਡਾ ਆਫਿਸ ਹੈੱਡ ਆਫਿਸ ਚੰਡੀਗੜ੍ਹ ਵਿੱਚ ਹੈਗਾ। ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ, ਤੁਸੀਂ ਅਪੁਆਇੰਟਮੈਂਟ ਲੈ ਕੇ ਤੁਸੀਂ ਮੈਨੂੰ ਮਿਲ ਸਕਦੇ ਹੋ, ਗੁਰਪ੍ਰੀਤ ਸਰ ਨੂੰ ਮਿਲ ਸਕਦੇ ਹੋ ਜਾਂ ਜਿਹੜੇ ਵੀ ਬ੍ਰਾਂਚ ਦਾ ਮੈਨੇਜਰ ਹੈਗਾ ਤੁਸੀਂ ਬ੍ਰਾਂਚ ਮੈਨੇਜਰ ਨੂੰ ਵੀ ਮਿਲ ਸਕਦੇ ਹੋ। ਪ੍ਰੋਪਰ ਅਸੈਸਮੈਂਟ ਲਈ ਤੁਹਾਨੂੰ ਜੇ ਕੋਈ ਡਾਊਟ ਫਿਰ ਵੀ ਰਹਿ ਜਾਂਦਾ ਤਾਂ ਤੁਸੀਂ ਕਿਸੇ ਆਫਿਸ 'ਚ ਬੈਠੇ ਹੋ ਤਾਂ ਅਸੀਂ ਸਕਾਈਪ ਸੈਸ਼ਨ ਤੁਹਾਡੇ ਨਾਲ ਕਰ ਸਕਦੇ ਹਾਂ, ਔਨਲਾਈਨ ਵੀਡੀਓ ਚੈਟਿੰਗ ਕਰ ਸਕਦੇ ਹਾਂ ਜੇ ਕੋਈ ਡਾਊਟ ਤੁਹਾਡੇ ਮਨ 'ਚ ਰਹਿ ਜਾਂਦਾ। ਸੋ ਪ੍ਰੋਪਰ ਗਾਈਡੈਂਸ ਮਿਲੇਗੀ, ਇੱਕ ਅਸੈਸਮੈਂਟ ਹੋਏਗੀ ਪ੍ਰੋਪਰ ਕਿ ਕਿੱਥੇ ਤੁਹਾਡਾ ਵੀਜ਼ਾ ਲੱਗ ਸਕਦਾ, ਕਿਹੜੇ ਸ਼ਹਿਰ ਵਿੱਚ ਵੀਜ਼ਾ ਆ ਸਕਦਾ, ਉਸੇ 'ਤੇ ਕੰਮ ਕੀਤਾ ਜਾਏਗਾ ਤਾਂ ਕਿ ਸਟੂਡੈਂਟ ਨੂੰ ਰਿਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਏ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਮੇਰਾ ਵੀ 100% ਵੀਜ਼ਾ ਸਕਸੈਸ ਰੇਟ ਹੈਗਾ, ਪਰ ਜੇ ਕਿਸੇ ਸਟੂਡੈਂਟ ਦੀ ਰਿਫਿਊਜ਼ਲ ਆ ਜਾਂਦੀ ਹੈ ਤਾਂ ਅਸੀਂ ਪ੍ਰੋਪਰ ਉਹਦੀ ਰੀਫਾਈਲਿੰਗ ਕੀਤੀ ਜਾਂਦੀ ਹੈ ਫ੍ਰੀ ਆਫ ਕੋਸਟ। ਸੋ ਬਿਲਕੁਲ ਜੀ, ਪ੍ਰੋਪਰ ਤਰੀਕੇ ਦੇ ਨਾਲ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਇੱਕ ਤੁਹਾਨੂੰ ਅਲਰਟ ਹੋਣ ਦੀ ਬਹੁਤ ਜ਼ਰੂਰਤ ਹੈਗੀ। ਅਸੀਂ ਤਾਂ ਸ਼ੋਅ ਦੇ ਵਿੱਚ ਇਨਫੋਰਮੇਸ਼ਨ ਦਿੰਦੇ ਹਾਂ ਪਰ ਜਦੋਂ ਸਟੂਡੈਂਟ ਕਿਤੇ ਨਾ ਕਿਤੇ ਅਲਰਟ ਨਹੀਂ ਹੁੰਦਾ, ਉਹ ਨੋਰਮਲੀ ਕਿਸੇ ਕੋਈ ਵੀ ਐਡ ਦੇਖਦਾ ਹੈਗਾ, ਅਸੀਂ ਪਹੁੰਚ ਜਾਂਦੇ ਹੈਗੇ ਹਾਂ, ਲਗਾਤਾਰ ਲੁਬਾਮਨੀ ਐਡਸ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ। ਸੋ ਤੁਸੀਂ ਪਹੁੰਚ ਜਾਂਦੇ ਹੋ, ਉਸ ਤੋਂ ਬਾਅਦ ਕੀ ਹੁੰਦਾ ਕਿ ਹੱਥ ਦੇ ਵਿੱਚ ਸਿਰਫ ਅਤੇ ਸਿਰਫ ਰਿਫਿਊਜ਼ਲ ਆਉਂਦੀ ਹੈਗੀ ਹੈ। ਸੋ ਪ੍ਰੋਪਰ ਤਰੀਕੇ ਦੀ ਇੱਕ ਅੱਛਾ ਕੋਰਸ ਜਿਹਦੇ ਨਾਲ ਜਾ ਕੇ ਉੱਥੇ ਤੁਹਾਨੂੰ ਫਾਇਦਾ ਪਹੁੰਚੇਗਾ, ਜਿਹਦੀ ਰਿਕੁਆਇਰਮੈਂਟ ਹੋਏਗੀ, ਉਹ ਲੈਣਾ ਬਹੁਤ ਜ਼ਰੂਰੀ ਹੈ। ਉਹਦੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਤਾਂ ਤੁਹਾਨੂੰ ਸੁਜੈਸਟ ਕਰੇਗਾ ਹੀ ਕਰੇਗਾ, ਪਰ ਉਸ ਤੋਂ ਪਹਿਲਾਂ ਇੰਟਰਨੈਟ ਅੱਜ ਕੱਲ੍ਹ ਸਭ ਕੁਝ ਅਵੇਲੇਬਲ ਹੈਗਾ ਜੀ, ਇੰਟਰਨੈਟ 'ਤੇ ਪ੍ਰੋਪਰ ਚੈੱਕ ਕਰ ਲਿਆ ਕਰੋ। ਬਹੁਤ ਟਾਈਮ ਅਸੀਂ ਆਪਣੇ ਫੋਨਸ 'ਤੇ ਸਪੈਂਡ ਕਰਦੇ ਹਾਂ, ਪਰ ਥੋੜ੍ਹਾ ਜਿਹਾ ਟਾਈਮ ਜਿਹੜਾ ਹੈਗਾ ਆਪਣੇ ਫਿਊਚਰ ਵਾਸਤੇ ਵੀ ਕੱਢੋ। ਪ੍ਰੋਪਰ ਇਨਫੋਰਮੇਸ਼ਨ ਤੁਹਾਨੂੰ ਚਾਹੇ ਕਾਲਜਸ ਨੂੰ ਲੈ ਕੇ, ਯੂਨੀਵਰਸਿਟੀਜ਼ ਨੂੰ ਲੈ ਕੇ ਹੈਗੀ ਆ, ਕਾਲਜ ਉੱਥੋਂ ਇਹਦੇ ਪ੍ਰੋਗਰਾਮਸ ਨੂੰ ਲੈ ਕੇ ਹੈਗੀ ਆ, ਪ੍ਰੋਪਰ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ। ਫਿਰ ਦੇਖੋ ਜੀ ਕਿਹਦੀ ਰਿਕੁਆਇਰਮੈਂਟ ਜ਼ਿਆਦਾ ਹੈਗੀ ਆ, ਕਿਹੜਾ ਮੇਰੇ ਲਈ ਫਾਇਦੇਮੰਦ ਹੈਗਾ, ਉਹ ਤੁਸੀਂ ਚੂਜ਼ ਕਰੋ। ਅਦਰਵਾਈਜ਼ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਪਹੁੰਚ ਕੇ ਜੀ ਪ੍ਰੋਪਰ ਇਨਫੋਰਮੇਸ਼ਨ, ਇੱਕ ਕਾਉਂਸਲਿੰਗ ਜਿਹੜੀ ਲਓ, ਮਨ ਦੇ ਵਿੱਚ ਜੋ ਵੀ ਸਵਾਲ ਹੈਗੇ ਨੇ ਪੁੱਛੋ ਅਤੇ ਉਸ ਤੋਂ ਬਾਅਦ ਆਪਣਾ ਵੀਜ਼ਾ ਜਿਹੜਾ ਉਹ ਅਪਲਾਈ ਕਰੋ। ਅੱਛਾ ਸਰ, ਹੁਣ ਜਦੋਂ ਸਟੂਡੈਂਟ ਦੇ ਪ੍ਰੋਫਾਈਲ ਦੀ ਗੱਲ ਕਰਦੇ ਹਾਂ,
ਅੱਛਾ ਪ੍ਰੋਫਾਈਲ ਹੈਗਾ, ਠੀਕ ਹੈ, ਵਧੀਆ ਬੈਂਡਸ ਆ ਗਏ ਨੇ, ਅੱਛੇ ਸਕੋਰ ਹੈਗੇ ਨੇ, ਫਰੈਸ਼ ਸਟੂਡੈਂਟ ਹੈਗਾ, ਠੀਕ ਹੈ, ਸਾਨੂੰ ਵੀ ਪਤਾ ਵੀਜ਼ਾ ਲੱਗ ਜਾਏਗਾ, ਪਰ ਹੁਣ ਥੋੜ੍ਹਾ ਜਿਹਾ ਅਸੀਂ ਜੇ ਗੱਲ ਕਰਦੇ ਹਾਂ ਮਿਨੀਮਮ ਜਦੋਂ ਅਸੀਂ ਬੈਂਡ ਸਕੋਰ ਦੀ ਗੱਲ ਕਰਦੇ ਹਾਂ ਕਿੰਨੇ ਕੁ ਚੱਲ ਜਾਂਦੇ ਨੇ, ਮਿਨੀਮਮ ਜਿਹੜੇ ਪਰਸੈਂਟੇਜ ਕਿੰਨੀ ਕੁ ਚੱਲ ਜਾਏਗੀ ਔਰ ਮੈਕਸੀਮਮ ਗੈਪ ਕਿੰਨਾ ਕੁ ਚੱਲ ਜਾਏਗਾ? ਸੋ ਜੇ ਅਸੀਂ ਗੈਪ ਦੀ ਗੱਲ ਕਰੀਏ, ਜੇ ਤੁਸੀਂ ਗ੍ਰੈਜੂਏਟ ਸਟੂਡੈਂਟ ਹੈਗੇ ਔਰ 20 ਸਾਲ ਤੱਕ ਦੇ ਐਕਸਪੀਰੀਅੰਸ ਨਾਲ ਵੀ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ, ਇੱਕ ਗ੍ਰੈਜੂਏਟ ਸਟੂਡੈਂਟ ਮਾਸਟਰਸ ਇਨ ਗਲੋਬਲ ਬਿਜ਼ਨਸ ਮੈਨੇਜਮੈਂਟ ਕਰਨ ਜਾ ਸਕਦਾ, ਜੇ ਤੁਹਾਡੇ ਕੋਲ 15-20 ਸਾਲ ਦਾ ਐਕਸਪੀਰੀਅੰਸ ਵੀ ਹੈਗਾ ਤਾਂ ਵੀ ਤੁਸੀਂ ਕੈਨੇਡਾ 'ਚ ਜਾ ਕੇ MBA ਇੱਕ ਮਾਸਟਰਸ ਕੋਰਸ ਕਰ ਸਕਦੇ ਹੋ ਜਾਂ ਮਾਸਟਰਸ ਇਨ ਗਲੋਬਲ ਬਿਜ਼ਨਸ ਮੈਨੇਜਮੈਂਟ ਕਰ ਸਕਦੇ ਹੋ। ਸੋ ਇਹ ਮਿੱਥ ਹੈਗੀ ਹੈ ਕਿ ਕਿਸੇ ਜੇ ਇੰਨਾ ਸਾਰਾ ਜੇ ਗੈਪ ਹੋ ਜਾਏ ਤਾਂ ਸਟੂਡੈਂਟ ਦਾ ਵੀਜ਼ਾ ਨਹੀਂ ਲੱਗਦਾ। ਸੋ ਇਹ ਸਾਰੀਆਂ ਗੱਲਾਂ ਦਾ ਸਟੂਡੈਂਟ ਨੂੰ ਧਿਆਨ ਰੱਖਣਾ ਚਾਹੀਦਾ। ਸੋ ਬਹੁਤ ਸਾਰੀਆਂ ਕੋਰਸ ਆਪਸ਼ਨਸ ਹੈਗੀਆਂ ਜਿਹਦੇ 'ਚ ਤੁਸੀਂ ਇੰਨੇ ਜ਼ਿਆਦਾ ਐਕਸਪੀਰੀਅੰਸ ਨਾਲ ਵੀ ਕੈਨੇਡਾ ਪੜ੍ਹਨ ਜਾ ਸਕਦੇ ਹੋ। ਜੇ ਅਸੀਂ ਗੱਲ ਕਰੀਏ ਪਲੱਸ ਟੂ ਪਾਸ ਸਟੂਡੈਂਟ ਹੈ ਅਪ ਟੂ 5 ਈਅਰਸ ਦੇ ਗੈਪ ਨਾਲ ਜਾਂ ਅਪ ਟੂ 5 ਈਅਰਸ ਦੇ ਜਸਟੀਫਾਈਡ ਐਕਸਪੀਰੀਅੰਸ ਦੇ ਨਾਲ ਜਾਂ ਜਸਟੀਫਾਈਡ ਗੈਪ ਦੇ ਨਾਲ ਇੱਕ ਸਰਕਾਰੀ ਕਾਲਜ 'ਚ ਪੜ੍ਹਨ ਜਾ ਸਕਦਾ, ਪਰ ਯੂਨੀਵਰਸਿਟੀ ਵਿੱਚ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਪਲੱਸ ਟੂ ਤੋਂ ਬਾਅਦ ਤੁਸੀਂ ਬਿਲਕੁਲ ਐਡਮਿਸ਼ਨ ਲੈ ਸਕਦੇ ਹੋ। ਜੇ ਅਸੀਂ ਪਰਸੈਂਟੇਜ ਦੀ ਗੱਲ ਕਰੀਏ ਤਾਂ ਅਬਵ 50% ਕੋਈ ਵੀ ਕੈਨੇਡਾ ਸਟੂਡੈਂਟ ਵੀਜ਼ਾ ਆਪਣੀ ਫਾਈਲ ਲਾ ਸਕਦਾ, ਬਟ ਮੇਰੇ ਕੋਲ ਜਿਹੜੇ ਵੀਜ਼ੇ ਲੱਗ ਕੇ ਆਏ ਆ 48%, 49% 'ਤੇ ਵੀ ਵੀਜ਼ਾ ਅਪਰੂਵਲਸ ਆਈਆਂ ਹੈਗੀਆਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਸਾਨੂੰ ਦੇਖਣਾ ਚਾਹੀਦਾ ਕਿ ਕੋਈ ਵੀ ਕੈਨੇਡਾ ਸਟੂਡੈਂਟ ਵੀਜ਼ਾ 'ਚ ਜਾ ਸਕਦਾ। ਸੋ ਗੈਪ ਦਾ ਕੋਈ ਐਡਾ ਵੱਡਾ ਇਸ਼ੂ ਨਹੀਂ ਹੈਗਾ ਜਦੋਂ ਅਸੀਂ ਕੈਨੇਡਾ 'ਚ ਫਾਈਲ ਲਾਉਂਦੇ ਹਾਂ। ਔਰ ਆਈਲੈਟਸ ਦੀ ਬੈਂਡ ਦੀ ਰਿਕੁਆਇਰਮੈਂਟ, ਜੇ ਤੁਸੀਂ ਦੋ ਕੈਟੇਗਰੀਜ਼ ਹੈਗੀਆਂ, 1 ਇਜ਼ SDS, 1 ਇਜ਼ ਜਨਰਲ, SDS ਕੈਟੇਗਰੀ ਵਿੱਚ 6 ਈਚ ਨਾਲ ਫਾਈਲ ਲਿਖਦੀ ਹੈ ਔਰ ਨੋਨ SDS ਕੈਟੇਗਰੀ 'ਚ ਓਵਰਆਲ 6 ਬੈਂਡ, ਮਤਲਬ 2 ਮੋਡਿਊਲ 'ਚ 5.5 ਬੈਂਡ ਵੀ ਐਕਸੈਪਟੇਬਲ ਹੈਗੇ ਹੈ। ਬਹੁਤ ਸਾਰੇ ਸਰਕਾਰੀ ਕਾਲਜ, ਸਰਕਾਰੀ ਯੂਨੀਵਰਸਿਟੀਆਂ ਐਕਸੈਪਟ ਕਰ ਰਹੀਆਂ 2 ਮੋਡਿਊਲ 'ਚ 5.5 ਬੈਂਡ ਵੀ ਔਰ 1 ਮੋਡਿਊਲ 'ਚ 5.5 ਬੈਂਡ ਵੀ, ਔਰ ਜਨਵਰੀ ਇਨਟੇਕ ਇਜ਼ ਓਪਨ, ਤੁਸੀਂ ਜਨਵਰੀ ਇਨਟੇਕ ਦਾ ਵੀਜ਼ਾ ਅਪਲਾਈ ਕਰ ਸਕਦੇ। ਸੋ ਬਿਲਕੁਲ ਜੀ, ਗੈਪ ਦੀ ਟੈਨਸ਼ਨ ਬਿਲਕੁਲ ਨਹੀਂ ਲੈਣੀ, ਜੇਕਰ ਤੁਹਾਡੇ ਕੋਲ ਪ੍ਰੋਪਰ ਜਿਹੜੀ ਜਸਟੀਫਿਕੇਸ਼ਨ ਹੈਗੀ ਹੈ, ਸਰ ਨੇ ਦੱਸਿਆ ਕਿ 20 ਸਾਲਾਂ ਦਾ ਗੈਪ ਵੀ ਚੱਲ ਜਾਏਗਾ ਜੇਕਰ ਗ੍ਰੈਜੂਏਟ ਹੋ, ਪਰ ਤੁਹਾਡੇ ਕੋਲ ਪ੍ਰੋਪਰ ਤਰੀਕੇ ਦੀ ਜਸਟੀਫਿਕੇਸ਼ਨ ਹੈਗੀ ਆ, ਅੱਛਾ ਤੁਸੀਂ ਕੰਮ ਕੀਤਾ ਇਹਨਾਂ 20 ਸਾਲਾਂ ਦੇ ਵਿੱਚ, ਤੁਸੀਂ ਜਸਟੀਫਾਈ ਕਰ ਸਕਦੇ ਹੋ ਵੀਜ਼ਾ ਤੁਹਾਡਾ ਲੱਗ ਸਕਦਾ 1 ਜਾਂ 2 ਮੋਡਿਊਲ ਦੇ ਵਿੱਚੋਂ ਵੀ, ਕੁਛ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ 5.5 ਬੈਂਡ ਵੀ ਅਸੈਪਟ ਕਰ ਰਹੀਆਂ ਨੇ। ਸੋ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ ਜੀ, ਜੈਨ ਇਨਟੇਕ ਆ ਰਿਹਾ, ਨਜ਼ਦੀਕ ਹੈਗਾ ਅਤੇ ਜਲਦੀ ਤੋਂ ਜਲਦੀ ਅਪਲਾਈ ਕਰਨ ਦੀ ਕੋਸ਼ਿਸ਼ ਕਰੋ। ਅੱਛਾ ਸਰ, ਜੈਨ ਤੋਂ ਬਾਅਦ ਬਾਈ ਚਾਂਸ ਹੁਣ ਬੜੇ ਸਟੂਡੈਂਟ ਹੈਗੇ ਨੇ ਹਜੇ, ਉਹਨਾਂ ਨੇ ਆਇਲਸ ਕਰਨੀ ਆ, ਜੈਨ ਤੋਂ ਬਾਅਦ ਕਿਹੜਾ ਇਨਟੇਕ ਮਿਲੇਗਾ? ਸੀ ਜੈਨ ਇਨਟੇਕ ਓਪਨ ਹੈਗਾ, ਜੇ ਤੁਸੀਂ ਜੈਨ ਇਨਟੇਕ ਤੋਂ ਬਾਅਦ ਦੀ ਗੱਲ ਕਰੀਏ ਤਾਂ ਮਈ ਇਨਟੇਕ ਵਿਲ ਵੀ ਓਪਨ, ਮਈ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਔਰ ਮਈ ਇਨਟੇਕ ਦੀਆਂ ਵੀ ਆਫਰਸ ਆਉਣੀਆਂ ਸ਼ੁਰੂ ਹੋ ਗਈਆਂ। ਅੱਜ ਦੀ ਡੇਟ 'ਚ ਵੀ ਮਈ ਇਨਟੇਕ ਲਈ ਸਟੂਡੈਂਟਸ ਨੇ ਅਪਲਾਈ ਕਰਨਾ ਸ਼ੁਰੂ ਕਰਤਾ, ਮਈ ਛੱਡੋ ਸਪਤੰਬਰ 2020 ਦੀਆਂ ਵੀ ਆਫਰਸ ਅਪਲਾਈ ਹੋਣੀਆਂ ਸ਼ੁਰੂ ਹੋ ਗਈਆਂ। ਕੌਂਤਨਮ ਪੋਲੀਟੈਕਨਿਕ ਯੂਨੀਵਰਸਿਟੀ ਜਿਹਨੂੰ ਅਸੀਂ KPU ਕਹਿੰਦੇ ਹਾਂ, ਸਰੀ ਵਿੱਚ ਹੈਗੀ ਹੈ, ਬਹੁਤ ਹੀ ਪਾਪੂਲਰ ਯੂਨੀਵਰਸਿਟੀ ਹੈ ਕਿਉਂਕਿ ਸਰੀ ਹਰ ਸਟੂਡੈਂਟ ਜਾਣਾ ਚਾਹੁੰਦਾ ਬ੍ਰਿਟਿਸ਼ ਕੋਲੰਬੀਆ ਵਿੱਚ। ਸੋ ਕੌਂਤਨਮ ਪੋਲੀਟੈਕਨਿਕ ਯੂਨੀਵਰਸਿਟੀ ਮਈ 2020 ਦੀਆਂ ਔਰ ਸਪਤੰਬਰ 2020 ਦੀਆਂ ਐਪਲੀਕੇਸ਼ਨਸ ਐਕਸੈਪਟ ਕਰ ਰਿਹਾ ਔਰ ਬਹੁਤ ਸਾਰੇ ਕਾਲਜਸ ਹੈਗੇ ਓਨਟਾਰੀਓ ਵਿੱਚ ਜਿਹੜੇ ਮਈ ਔਰ ਸਪਤੰਬਰ ਦੀਆਂ ਐਪਲੀਕੇਸ਼ਨਸ ਐਕਸੈਪਟ ਕਰਨੀਆਂ ਸਟਾਰਟ ਕਰ ਚੁੱਕੇ ਨੇ। ਸੋ ਜਨਵਰੀ ਤੋਂ ਬਾਅਦ ਮਈ ਔਰ ਸਪਤੰਬਰ ਇਨਟੇਕ ਸਟਾਰਟ ਹੋ ਚੁੱਕੇ ਨੇ। ਜੇ ਤੁਸੀਂ ਆਪਣੀ ਆਈਲੈਟਸ ਕਰ ਲਈ ਹੈ ਔਰ ਕੋਈ ਪ੍ਰੈਫਰੈਂਸ ਰੱਖਦੇ ਹੋ ਤਾਂ ਮਈ ਔਰ ਸਪਤੰਬਰ ਵਿੱਚ ਤੁਸੀਂ ਲੈ ਸਕਦੇ ਹੋ, ਬਟ 150 ਤੋਂ ਵੀ ਵੱਧ ਪ੍ਰੋਗਰਾਮਸ ਹੈਗੇ ਆ ਜਿਹੜੇ ਜਨਵਰੀ ਇਨਟੇਕ 'ਚ ਅਵੇਲੇਬਲ ਹੈਗੇ ਆ। ਸੋ ਬਿਲਕੁਲ ਜੀ, ਆਇਲਸ ਕੰਪਲੀਟ ਹੋ ਚੁੱਕੀ ਹੈ ਤਾਂ ਜਲਦ ਤੋਂ ਜਲਦ ਅਪਲਾਈ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਜੈਨ ਇਨਟੇਕ ਦੇ ਵਿੱਚ ਹੀ ਤੁਸੀਂ ਪਹੁੰਚ ਸਕਦੇ ਹੈਗੇ ਜੀ ਆਪਣੀ ਡ੍ਰੀਮ ਡੈਸਟੀਨੇਸ਼ਨ 'ਤੇ। ਸੋ ਸਰ, ਲਾਸਟ ਦੇ ਵਿੱਚ ਕੋਈ ਮੈਸੇਜ ਜਿਹੜਾ ਸ਼ੇਅਰ ਕਰਨਾ ਸੀ? ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਸਾਰੇ ਸਟੂਡੈਂਟਸ ਨੂੰ, ਜੇ ਤੁਸੀਂ ਆਈਲੈਟਸ ਕੀਤੀ ਹੋਈ ਹੈ ਤਾਂ ਤੁਸੀਂ ਆਪਣੇ ਮਾਰਕਸ਼ੀਟਸ ਲੈ ਕੇ ਨੇੜੇ ਦੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਪਹੁੰਚੋ, ਅਸੈਸਮੈਂਟ ਕਰਾਓ, ਸੂਟੇਬਲ ਕੋਰਸ ਨੂੰ ਲੈ ਕੇ ਆਪਣੀ ਫਾਈਲ ਜਲਦੀ ਤੋਂ ਜਲਦੀ ਅਪਲਾਈ ਕਰੋ। ਜੇ ਰਿਫਿਊਜ਼ਲ ਆ ਚੁੱਕੀ ਹੈ ਤਾਂ ਵੀ ਆਪਣਾ ਕੇਸ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ। ਅਸੈਸਮੈਂਟ ਲਈ ਲੈਂਡਮਾਰਕ ਦੇ ਨੀਅਰੈਸਟ ਆਫਿਸ ਪਹੁੰਚੋ, ਟੈਸਟੀਮੋਨੀਅਲਸ ਦੇਖਣ ਲਈ ਸਾਡੇ ਯੂਟਿਊਬ ਚੈਨਲ ਲੈਂਡਮਾਰਕ ਇਮੀਗ੍ਰੇਸ਼ਨ 'ਤੇ ਜਾ ਸਕਦੇ ਹੋ ਜਾਂ ਫੇਸਬੁੱਕ ਚੈਨਲ ਲੈਂਡਮਾਰਕ ਇਮੀਗ੍ਰੇਸ਼ਨ 'ਤੇ। ਬਹੁਤ ਸਾਰੇ ਵੀਜ਼ੇ ਜਿਹੜੇ ਲੱਗ ਕੇ ਆਏ ਆ ਸਪਤੰਬਰ ਇਨਟੇਕ ਦੇ ਔਰ ਜਨਵਰੀ ਇਨਟੇਕ ਦੇ ਵੀ ਵੀਜ਼ੇ ਬਹੁਤ ਸਾਰੇ ਲੱਗ ਕੇ ਆ ਚੁੱਕੇ ਨੇ, ਉਹਨਾਂ ਦੇ ਟੈਸਟੀਮੋਨੀਅਲਸ ਤੁਸੀਂ ਸਾਡੇ ਫੇਸਬੁੱਕ ਔਰ ਯੂਟਿਊਬ ਪੇਜ 'ਤੇ ਸਬਸਕ੍ਰਾਈਬ ਕਰ ਸਕਦੇ ਹੋ ਔਰ ਦਿਨ ਬ ਦਿਨ ਦੇਖ ਸਕਦੇ ਹੋ ਕਿੰਨੇ ਵੀਜ਼ੇ ਲੱਗ ਕੇ ਆ ਰਹੇ ਨੇ। ਸੋ ਬਿਲਕੁਲ ਜੀ, ਪ੍ਰੋਪਰ ਚੈੱਕ ਕਰਿਆ ਕਰੋ ਯੂਟਿਊਬ ਚੈਨਲ ਜਿਹੜਾ ਹੈਗਾ, ਉੱਥੇ ਜਾ ਕੇ ਚੈੱਕ ਕਰੋ ਲੈਂਡਮਾਰਕ ਇਮੀਗ੍ਰੇਸ਼ਨ ਦਾ ਟਾਈਮ ਟੂ ਟਾਈਮ। ਇੱਕ ਸ਼ੋਅਜ਼ ਜੇਕਰ ਤੁਸੀਂ ਮਿਸ ਕਰਦੇ ਹੋ ਉਹ ਤਾਂ ਤੁਹਾਨੂੰ ਮਿਲਣਗੇ, ਨਾਲ ਦੀ ਨਾਲ ਬਹੁਤ ਸਾਰੇ ਵੀਜ਼ੇ ਜਿਹੜੇ ਟੈਸਟੀਮੋਨੀਅਲਸ ਤੁਸੀਂ ਦੇਖ ਸਕਦੇ ਹੋ, ਖੁਦ ਸਟੂਡੈਂਟਸ ਦੇ ਮੂੰਹੋਂ ਤੁਸੀਂ ਗੱਲਬਾਤ ਸੁਣ ਸਕਦੇ ਹੋ ਕਿੱਦਾਂ ਦੇ ਪ੍ਰੋਫਾਈਲ ਦੇ ਵੀਜ਼ੇ ਆ ਰਹੇ ਨੇ ਅਤੇ ਕਿੰਨੇ ਵੀਜ਼ੇ ਜਿਹੜੇ ਨੇ ਉਹ ਆ ਰਹੇ ਨੇ। ਬਾਕੀ ਫੇਸਬੁੱਕ ਪੇਜ ਲੈਂਡਮਾਰਕ ਦਾ ਉਸ ਨੂੰ ਜ਼ਰੂਰ ਲਾਈਕ ਕਰੋ ਜੀ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਸੋ ਮਚ।
ਪ੍ਰੋਪਰ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਪਹੁੰਚ ਸਕਦੇ ਹੋ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਨੇੜੇ ਦੀ ਬ੍ਰਾਂਚ ਦੇ ਵਿੱਚ, ਜੋ ਵੀ ਤੁਹਾਨੂੰ ਨਜ਼ਦੀਕ ਪੈਂਦੀ ਹੈਗੀ ਆ। ਨੀਚੇ ਫਲੈਸ਼ ਹੋ ਰਹੀਆਂ ਨੇ ਕਿੱਥੇ ਕਿੱਥੇ ਬ੍ਰਾਂਚ ਆਫਿਸ ਹੈਗੇ ਨੇ। ਹੈੱਡ ਆਫਿਸ ਚੰਡੀਗੜ੍ਹ ਦੇ ਵਿੱਚ ਹੈਗਾ, ਜੇ ਚੰਡੀਗੜ੍ਹ ਨਜ਼ਦੀਕ ਪੈਂਦਾ ਇੱਥੇ ਵੀ ਪਹੁੰਚ ਸਕਦੇ ਹੋ, ਅਦਰਵਾਈਜ਼ ਜੋ ਵੀ ਨਜ਼ਦੀਕ ਪੈਂਦਾ ਪੂਰੀ ਐਕਸਪਰਟ ਟੀਮ ਜਿਹੜੀ ਹੈਗੀ ਆ ਉਹ ਉੱਥੇ ਮੌਜੂਦ ਹੈ, ਜੋ ਕਿ ਤੁਹਾਨੂੰ ਪ੍ਰੋਪਰ ਤਰੀਕੇ ਦੀ ਜਾਣਕਾਰੀ ਦੇਵੇਗੀ। ਸੋ ਜੀ ਨੰਬਰ ਨੋਟ ਕਰਕੇ ਰੱਖ ਲਓ, ਜਦੋਂ ਵੀ ਟਾਈਮ ਮਿਲਦਾ ਹੈਗਾ ਪ੍ਰੋਪਰ ਫੋਨ ਕਰੋ ਔਰ ਆਫਿਸ ਦੇ ਵਿੱਚ ਵਿਜ਼ਿਟ ਕਰੋ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦੇ ਵਿੱਚ ਹਾਸਾ, ਸਤਿ ਸ਼੍ਰੀ ਅਕਾਲ।